ਉਹਨਾਂ ਦੇ ਨਾਮ ਬਾਅਦ ਚੋ ਵੀਡੀਓ ਨੂੰ ਦੇਖਦਾ ਜਦੋਂ ਅਸੀਂ 2019 ਚ ਦੇਖੀ ਕੁਝ ਦੋਸਤਾਂ ਨੇ ਉਹ ਹੁਣ ਕੱਟ ਕੇ ਐਡਿਟ ਕਰਕੇ ਦੁਬਾਰੇ ਪਾਈ ਗਈ ਆ ਉਹਦੇ ਬੱਚੇ ਪੂਰੇ ਤਲਖੀ ਨਾਲ ਕਹਿ ਰਹੇ ਆ ਵੀ ਜਿਹੜੀ ਮਤਲਬ ਹਿੰਦੀ ਆ ਇਹ ਦੇਸ਼ ਦੀ ਰਾਸ਼ਟਰੀ ਭਾਸ਼ਾ ਹੋਣੀ ਚਾਹੀਦੀ ਆ ਉਹਨਾਂ ਦਿਨਾਂ ਚ ਅਮਿਤ ਸ਼ਾਹ ਦਾ ਜਿਹੜਾ ਇੱਕ ਬਿਆਨ ਆਇਆ ਸੀ ਜਿਹੜਾ ਦੇਸ਼ ਦਾ ਐਕਸਪਰਟ ਕਰ ਰਿਹਾ ਮੰਤਰੀ ਹੈ ਭਾਜਪਾ ਦਾ ਕਿ ਦੇਸ਼ ਦੇ ਵਿੱਚ ਇੱਕ ਬੋਲੀ ਇੱਕ ਦੇਸ਼ ਹੋਣਾ ਚਾਹੀਦਾ ਤੇ ਬੋਲੀ ਕਿਹੜੀ ਹੋਵੇ ਹਿੰਦੀ ਉਹਨਾਂ ਨੇ ਮਤਲਬ ਨਾਰੇ ਮਾਜੀ ਕਰਨ ਚਲੋ ਕਿ ਉੱਥੇ ਮਤਲਬ ਮਾਈਕ੍ਰੋਫੋਨ ਆ ਗਿਆ ਵੀ ਭਾਈ ਇਹ ਜਿਹੜਾ ਗੁਰਦਾਸ ਮਾਨਾ ਮਾਫੀ ਮੰਗੇ Nehru ਤੇ Patel ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣਾ ਚਾਹੁੰਦੇ ਸੀ ਪਰ ਜਿਹੜੇ ਸਾਊਥ ਵਾਲੇ ਆ ਹੋਰ ਲੋਕ ਆ ਉਹ ਅੜ ਗਏ ਸੀ ਵੀ ਨਹੀਂ ਲਖਮਣ ਸਿੰਘ ਮੁੱਖ ਮੰਤਰੀ ਬਣਿਆ ਉਹਨਾਂ ਨੇ ਕਹਿੰਦੇ ਵੀ ਪੰਜਾਬ ਦੀ ਜਿਹੜੀ ਸਰਕਾਰੀ ਅਫੀਸ਼ੀਅਲ ਲੈਂਗੁਏਜ ਹੋਊਗੀ ਉਹ ਪੰਜਾਬੀ ਹੋਊਗੀ ਪਰ ਅੱਜ ਤੱਕ ਵੀ ਪੰਜਾਬੀ ਲਾਗੂ ਨਹੀਂ ਹੋਈ ਉਹਨਾਂ ਲੋਕਾਂ ਦੇ ਉਸ ਦਿਨ ਵਿੱਚ ਮੈਂ ਵੀ ਸ਼ਾਮਲ ਸੀ ਉਹਨਾਂ ਨੇ ਉਸ ਸਾਤਵੇਂ ਮੁਜ਼ਾਰੇ ਦੀ ਰੋਸ ਦੀ ਅਗਵਾਈ ਕੀਤੀ ਆ ਉਦੋਂ ਅਸੀਂ ਮੈਂ ਕਹੀ ਸੀ ਜਿਹੜਾ ਗੁਰਦਾਸ ਮਾਨ ਦੀ ਪੀਛਣਾ ਉਹ ਜੋ ਮੋਦੀ ਤੇ ਅਮਿਤ ਸਾਹ ਹਿੰਦੂ ਰਾਸ਼ਟਰ ਸਾਰਨਾ ਚਾਹੁੰਦੇ ਨੇ ਇਹ ਉਹਦੇ ਪੋਸਤ ਪਨਾਹੀ ਦਾ ਉਹਦੀ ਸੇਵਾ ਕਰ ਰਿਹਾ ਚਾਹੇ ਚੇਤ ਰੂਪ ਚ ਚਾਹੇ ਚੇਤ ਰੂਪ ਜੇ ਮੰਨ ਲਓ ਇਹ ਗੱਲ ਹੋ ਗਈ ਸੀ ਤਾਂ ਫਿਰ ਇਹਦਾ ਮਤਲਬ ਇਹ ਸੀ ਵੀ ਗੁਰਦਾਸ ਮਾਨ ਨੂੰ ਸੂਲੀ ਚੜਾ ਦਿੱਤਾ ਜਾਵੇ ਹਰ ਜਿਹੜਾ ਪੰਜਾਬੀ ਪ੍ਰੇਮੀ ਆ ਜਾਂ ਹੋਰ ਆ ਉਹਨੂੰ ਆਪਣਾ ਸਾਥਵੇਂ ਰੋਸ ਪ੍ਰਗਟ ਕਰਨ ਦਾ ਅਧਿਕਾਰ ਆ ਉਹਨਾਂ ਨੇ ਬਾਹਰ ਖੜ ਕੇ ਰੋਸ ਪ੍ਰਗਟ ਕੀਤਾ 5-700 ਬੰਦੇ ਨੇ ਦੋ ਤਰ ਮੁੰਡੇ ਅੰਦਰ ਗਏ ਉਹਨਾਂ ਨੇ ਇੱਕ ਡਿਮੋਨਸਟ੍ਰੇਸ਼ਨ ਕੋ ਬੋਲੇ ਨਹੀਂ ਸ਼ਲੋਕਨ ਨਹੀਂ ਹੋਈ ਨਾਰੇ ਬਾਜੀ ਨੇ ਕੀਤੀ ਨਾ ਉਹਨੇ ਕੋਈ ਗਾਲ ਕੱਢੀ ਆ ਉਹ ਤੁਸੀਂ ਵੀਡੀਓ ਦੇਖੋ ਤੁਹਾਨੂੰ ਮਿਲ ਜਣੀ ਆ ਇੱਥੇ ਲੈਟ ਅੱਜ ਅਵੇਲੇਬਲ ਆ ਪਰ ਜਦੋਂ ਹੁਣ ਇਹਦਾ ਜਿਹੜਾ ਗੀਤ ਆ ਗੱਲ ਸੁਣੋ ਪਿਆਰੇ ਵੀ ਦੋਸਤੋ ਤੁਸੀਂ ਧਿਆਨ ਨਾ ਦੇਖੋ ਉਹ ਉਹਦਾ ਕੋਈ ਨਰਮ ਨਿਮਰਤਾ ਨਾਲ ਆਪਣਾ ਪੱਖ ਪੇਸ਼ ਕਰਨਾ ਨਹੀਂ ਉਹਦੇ ਵਿੱਚੋਂ ਵੀ ਅਹੰਕਾਰ ਬੋਲਦਾ ਨਵੰਬਰ 83 ਸਿੱਖਾਂ ਦੇ ਗਲਾਂ ਤੇ ਤਾਇਰ ਪਾ ਕੇ ਸੜੇ ਗਏ ਨੇ ਨਰਦੋਸ ਸਿੱਖ ਮਾਰੇ ਗਏ ਨੇ ਕਿੰਨਾ ਕਤਲਿਆ ਬੋਲਿਆ ਉੱਥੇ ਕਿਤੇ ਗੁਰਦਾਸ ਮਾਨ ਦਾ ਪ੍ਰਤੀਕਰਮ ਕਿੱਥੇ ਕੀ ਹੈ ਪਾਕਿਸਤਾਨ ਦੀ ਜਿਹੜੀ ਵਾਰਿਸਾ ਫਾਊਂਡੇਸ਼ਨ ਹੈ ਉਹਦੇ ਵੱਲੋਂ ਇੱਕ ਇਜ਼ਾਜ਼ ਦੇ ਇਨਾਮ ਕੀਤਾ ਗਿਆ ਕਿ ਜਿਹੜੇ ਲੋਕਾਂ ਨੇ ਪੰਜਾਬੀ ਜ਼ੁਬਾਨ ਦੇ ਵਿੱਚ ਕੰਟਰੀਬਿਊਟ ਕੀਤਾ ਉਸ ਦੇ ਵਿੱਚ ਤਿੰਨ ਬੰਦਿਆਂ ਦੀ ਚੋਣ ਕੀਤੀ ਗਈ ਕਿ ਉਹ ਬਹੁਤ ਅਰਦਾਸ਼ਮਾਨ ਸੀਗੇ ਤਾਂ ਫਿਰ ਹੁਣ ਇਹਨਾਂ ਦਾ ਜਿਹੜਾ ਉਹ ਇਜ਼ਾਜ਼ ਹੈ ਉਹਨੂੰ ਹੋਲਡ ਤੇ ਕਿਉਂ ਪਾਇਆ ਉਹਨੂੰ ਪਤਾ ਨਹੀਂ ਸੀ ਮਾਮਲੇ ਦਾ ਤੇ ਜਦੋਂ ਉੱਥੇ ਕੈਨੇਡਾ ਦੇ ਕੁਝ ਬੰਦਿਆਂ ਨੇ ਮੇਰਾ ਆਰਟੀਕਲ ਵੀ ਭੇਜਿਆ ਉਹ ਸ਼ਾਮ ਅਖੀ ਚੋਕੇ ਛਪਿਆ ਤੇ ਉਹਨਾਂ ਗੱਲਾਂ ਵੱੱਤਾਂ ਹੁਣ ਆ ਜਾਂਦੇ ਹਨ ਰੋਸ਼ ਦੇਖਿਆ ਤਾਂ ਉੱਥੇ ਇਹਨਾਂ ਜਿਹੜਾ ਵਾਰਿਸਾ ਦਾ ਵਿਕਾਰੀ ਫਾਊਂਡੇਸ਼ਨ ਦਾ ਅਵਾਰਡ ਆ ਉਹਨਾਂ ਨੇ だっ ਤਾ ਕਰਤਾ ਵੀਦਰ ਤੇ ਨਾ ਵਿਵਾਦ ਆ ਜਿੰਨਾ ਤੇ ਕਲੀਅਰ ਨਹੀਂ ਹੁੰਦਾ ਅਸੀਂ ਕਹਨੂੰ ਵਿਵਾਦ ਦੇ ਨਾਲ ਜੁੜ ਗਏ ਉਹਨੇ ਆਪਣੇ ਆਪ ਨੂੰ ਬਖ ਕਰ ਲਿਆ ਹੁਣ ਜਿਹੜਾ ਪੰਜਾਬ ਦੇ ਵਿੱਚ ਚਿੱਟੇ ਦਾ ਪਰਕੋਪ ਆ ਮੈਂ ਕਹਾਂਗਾ ਜ਼ਿੰਮੇਵਾਰ ਦਾ ਗੁਰਦਾਸ ਮਾਨ ਵੀ ਹੈ ਟੀਵੀ ਚੈਨਲਾਂ ਤੇ ਤਾਂ ਹੋਰ ਆ ਵੀਡੀਓ ਦੇ ਵਿੱਚ ਉਹ ਬੰਦਾ ਸਿਰ ਟਾਪੀ ਰਿਹਾ ਉਹ ਬੰਦਾ ਸੁਨਫਲੇ ਛੋਟੇ ਲਾ ਰਿਹਾ ਹੋ ਚਲਮਦੀ ਤੇ ਜੇ ਕਿ ਸੈਲੀਬ੍ਰਿਟੀ ਜਾ ਕੇ ਉਹਦੇ ਪੈਰਾਂ ਦੀ ਡਿੱਗਦਾ ਠੀਕ ਹੈ ਤਾਂ ਜਿਹੜਾ ਆਮ ਜਨ ਮਾਨਸਾ ਸਧਾਰਨ ਮੈਂ ਦੇਖਿਆ ਪੰਜਾਬ ਦਾ ਖਾਸ ਕਰਕੇ ਦਲਤ ਵਰਗ ਦੇ ਮੁੰਡੇ ਨੋ ਜਾਣੇ ਕੰਨ ਨੂੰ ਲੱਗਦਾ ਬਜਾਰੇ ਪਹੁੰਚੀ ਹੁਛਾ ਯਾਰ ਪੰਜਾਬੀਏ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨਿਹਾਰ ਨਹੀਂ ਮਿੱਡੀਆਂ ਖਿਲਾਰੀ ਫਰੇਮ ਬੁੱਲੇ ਦੀਏ ਕਾਫ਼ੀਏ ਕਿੰਨੇ ਤੇਰਾ ਲਾਲਿਆ ਸ਼ਿੰਗਾਰ ਨਹੀਂ ਗੱਲ ਸੁਣੋ ਪੰਜਾਬੀ ਦੋਸਤੋ ਕੁਝ ਲੈਣ ਦੇ ਸੋਚ ਵਿਚਾਰ ਬਿਨ ਸੋਚੇ ਸਮਝੇ ਕੱਢ ਲਈ ਲਫ਼ਜ਼ਾਂ ਦੀ ਤੇਜ਼ ਕਟਾਰ ਮੈਥੋਂ ਚੰਦ ਮਿੰਟਾਂ ਵਿੱਚ ਖੋ ਲਿਆ ਮਾਂ ਬੋਲੀ ਦਾ ਸਤਿਕਾਰ ਇਹ ਦੋ ਗੀਤ ਨੇ ਪੰਜਾਬ ਦੇ ਜਿਹੜੇ ਫਨਕਾਰ ਦੀ ਕਲਮ ਚੋਂ ਨਿਕਲੇ ਨੇ ਆਵਾਜ਼ ਚੋਂ ਨਿਕਲੇ ਨੇ ਜਿਹੜਾ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਮੇਰੀ ਮੁਰਾਦ ਹੈ ਗੁਰਦਾਸ ਮਾਨ ਤੋਂ ਤੇ ਇਹ ਜਿਹੜੇ ਦੋ ਗੀਤ ਨੇ ਇਹਨਾਂ ਦਾ ਸੰਦਰਭ ਆਪਣਾ ਆਪਣਾ ਹੈ ਤੇ ਗੁਰਦਾਸ ਮਾਨ ਦੇ ਸਮੁੱਚੇ ਗਾਇਕੀ ਦੇ ਗੀਤਕਾਰੀ ਦੇ ਸਫ਼ਰ ਨੂੰ ਬਿਆਨ ਕਰਦੇ ਨੇ ਇਹ ਉਹਨਾਂ ਵੇਲਿਆਂ ਦਾ ਗੀਤ ਹੈ ਜਦੋਂ 90ਵਿਆਂ ਦੇ ਵਿੱਚ ਇਹ ਗੀਤ ਜਿਹੜਾ ਪਹਿਲਾ ਗੀਤ ਸੀ ਕਿ ਆ ਪੰਜਾਬੀ ਜ਼ੁਬਾਨੇ ਰਕਾਨੇ ਮੇਰੇ ਦੇਸ਼ ਦੀਏ ਇਹ ਉਸ ਵੇਲੇ ਗੁਰਦਾਸ ਮਾਨ ਦੇ ਵੱਲੋਂ ਗਾਇਆ ਗਿਆ ਸੀ ਜਦੋਂ ਪੰਜਾਬ ਦੇ ਵਿੱਚ ਸਾਰੀ ਸੋਰਸ਼ ਦੀ ਫਿਜ਼ਾ ਚੱਲ ਰਹੀ ਸੀ ਇਸ ਦੇ ਬਾਅਦ ਆ ਜਿਹੜਾ ਗੀਤ ਆ ਜਿਹੜਾ ਹੁਣ ਅਸੀਂ ਤੁਹਾਨੂੰ ਦੱਸਿਆ ਕਿ ਗੱਲ ਸੁਣੋ ਪੰਜਾਬੀ ਦੋਸਤੋ ਇਹ ਸਾਲ 2021 ਦੇ ਵਿੱਚ ਆਇਆ ਹੈਗਾ ਹੈ ਤੇ ਇਹਦਾ ਸੰਦਰਭ ਇਹ ਹੈ ਕਿ ਗੁਰਦਾਸ ਮਾਨ ਇਸ ਗੱਲ ਨੂੰ ਲੈ ਕੇ ਵਿਵਾਦਾਂ ਚ ਆਏ ਕਿ ਜਦੋਂ ਉਹਨਾਂ ਨੇ ਹਿੰਦੀ ਨੂੰ ਡਿਫੈਂਡ ਕੀਤਾ ਕਿ ਹਿੰਦੀ ਜਿਹੜੀ ਆ ਉਹ ਇੱਕ ਨੈਸ਼ਨਲ ਲੈਂਗੁਏਜ ਹੋਣੀ ਚਾਹੀਦੀ ਹੈ ਤਾਂ ਇਹ ਵਿਵਾਦ ਦੀ ਜੜ੍ਹ ਉਸ ਗੱਲ ਨਾਲ ਜੁੜੀ ਹੈ ਜਦੋਂ ਧਾਰਾ 370 ਤੋੜੀ ਗਈ 2019 ਦੇ ਵਿੱਚ ਤਾਂ ਉਦੋਂ ਅਮਿਤ ਸ਼ਾਹ ਦਾ ਬਿਆਨ ਆਇਆ ਕਿ ਦੇਸ਼ ਦੀ ਮੁਲਕ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ ਇੱਕ ਮੁਲਕ ਇੱਕ ਭਾਸ਼ਾ ਤੇ ਇੱਕ ਭਾਸ਼ਾ ਜਿਹੜੀ ਆ ਉਹ ਹਿੰਦੀ ਹੋਣੀ ਚਾਹੀਦੀ ਹੈ ਤਾਂ ਜਿਹੜੇ ਦੱਖਣ ਭਾਰਤੀ ਸੂਬੇ ਸੀ ਉਹਦਾ ਚੋਂ ਇਹਦਾ ਵਿਰੋਧ ਉੱਠਿਆ ਤੇ ਉਹਦੇ ਹੀ ਭਾਵਨਾ ਦੇ ਵਿੱਚ ਪੰਜਾਬ ਚੋਂ ਵੀ ਵਿਰੋਧ ਉੱਠਣਾ ਸ਼ੁਰੂ ਹੋਇਆ ਤਾਂ ਇਸ ਤੋਂ ਬਾਅਦ ਇੱਕ ਇੰਟਰਵਿਊ ਦੌਰਾਨ ਕੈਨੇਡਾ ਦੇ ਵਿੱਚੋਂ ਉਹਨਾਂ ਨੂੰ ਇਹ ਜਦੋਂ ਗੱਲ ਪੁੱਛੀ ਗਈ ਗੁਰਦਾਸ ਮਾਨ ਤੋਂ ਤਾਂ ਗੁਰਦਾਸ ਮਾਨ ਨੇ ਇਸ ਗੱਲ ਦਾ ਦਫਾ ਕੀਤਾ ਕਿ ਇਹ ਜਿਹੜੀ ਭਾਸ਼ਾ ਹੈ ਇੱਕ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ ਜਿਵੇਂ ਫਰਾਂਸ ਦੀ ਇੱਕ ਭਾਸ਼ਾ ਹੈ ਉਸ ਤੋਂ ਬਾਅਦ ਇੱਕ ਐਪਸਫਰਡ ਜਿਹੜਾ ਐਪਸਫਰਡ ਜਿਹੜਾ ਇੱਕ ਸ਼ਹਿਰ ਹੈ ਕੈਨੇਡਾ ਦਾ ਉੱਥੇ ਜਦੋਂ ਇਹਨਾਂ ਦਾ ਸ਼ੋਅ ਹੋ ਰਿਹਾ ਸੀ ਉਹ ਸ਼ੋਅ ਦੇ ਵਿੱਚ ਕੁਝ ਪੰਜਾਬੀ ਹੱਤਿਆਸ਼ੀਆਂ ਨੇ ਦਾ ਵਿਰੋਧ ਕੀਤਾ ਤੇ ਜਿਸ ਦੇ ਵਿੱਚ ਗੁਰਦਾਸ ਮਾਨ ਗਦਾਰ ਲਿਖ ਕੇ ਪਾਂਬੋਲੀ ਤੇ ਗਦਾਰ ਲਿਖ ਕੇ ਇਹਨਾਂ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਦੌਰਾਨ ਬਦਕਲਾਮੀ ਜਿਹੜੀ ਆ ਇਹਨਾਂ ਦੇ ਵੱਲੋਂ ਕੀਤੀ ਗਈ ਭੱਦੀ ਸ਼ਬਦਾਵਲੀ ਵਰਤੀ ਗਈ ਤੇ ਉਸ ਤੋਂ ਬਾਅਦ ਲਗਾਤਾਰ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਦੀ ਹਾਲਾਤ ਇਹ ਨੇ ਕਿ ਵਾਰਿਸ ਸ਼ਾਹ ਜਿਹੜੀ ਫਾਊਂਡੇਸ਼ਨ ਲਹਿੰਦੇ ਪੰਜਾਬ ਦੀ ਹੈ ਉਸ ਦੇ ਵੱਲੋਂ ਇੱਕ ਇਨਾਮ ਕੋਸ਼ਿਤ ਕੀਤਾ ਗਿਆ ਸੀ ਜਿਨ੍ਹਾਂ ਲੋਕਾਂ ਨੇ ਕੰਟਰੀਬਿਊਟ ਕੀਤਾ ਪੰਜਾਬੀ ਲੈਂਗੁਏਜ ਦੇ ਵਿੱਚ ਹੋਰ ادیਬਾਂ ਦੇ ਲਈ ਵੀ ਉਹ ਇਨਾਮ ਸੀਗਾ ਜਿਵੇਂ ਬਰਿਆਮ ਸਿੰਘ ਸੰਤੂ ਪੰਜਾਬੀ ਦੇ ਕਹਾਣੀਕਾਰ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਲਿਆ ਗਿਆ ਪਰ ਇਸ ਦੇ ਨਾਲ ਹੀ ਗੁਰਦਾਸ ਮਾਨ ਦਾ ਨਾਮ ਆਇਆ ਸੀ ਪਰ ਉਹ ਨਾਮ ਹੁਣ ਵਿਵਾਦਾਂ 'ਚ ਹੋਣ ਕਰਕੇ ਉਸ ਇਨਾਮ ਨੂੰ ਹੂਟ ਤੇ ਪਾ ਲਿਆ ਗਿਆ ਉਦੀ ਵਜ੍ਹਾ ਇਹੀ ਹੈ ਕਿ ਪੰਜਾਬੀ ਬੋਲੀ ਦੇ ਪ੍ਰਤੀ ਜਿਹੜੇ ਉਹਨਾਂ ਦਾ ਰਵੱਈਆ ਰਿਹਾ ਸਿਆਸੀ ਪਹੁੰਚ ਰਹੀ ਹੈ ਉਸ ਦੇ ਉੱਤੇ ਲੋਕਾਂ ਦੇ ਇਤਰਾਜ਼ ਨੇ ਤਾਂ ਹੁਣ ਇਨਾਮ ਕਮੇਟੀ ਨੇ ਕਿਹਾ ਕਿ ਜਦੋਂ ਤੱਕ ਇਹ ਆਪਣੇ ਪੱਖ ਦੇ ਨਾਲ ਮਾਫੀ ਨਹੀਂ ਮੰਗਦੇ ਉਦੋਂ ਤੱਕ ਅਸੀਂ ਜਿਹੜਾ ਇਨਾਮ ਹੈ ਇਹਨਾਂ ਨੂੰ ਜਿਹੜਾ ਹੈਗਾ ਅਹਿਸਾਸ ਨਹੀਂ ਦਵਾਂਗੇ ਤਾਂ ਇਸ ਸਾਰੇ ਦਾ ਸੰਦਰਭ ਕੀ ਹੈ ਇਸ ਸਾਰੇ ਦੇ ਵਿੱਚ ਉੱਥੇ ਕਿਵੇਂ ਘਟਨਾਵਾਂ ਵਾਪਰੀਆਂ ਏ ਕਿਸ 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 ਕਿਸਮ ਦੀਆਂ ਘਟਨਾਵਾਂ ਉੱਥੇ ਹੋਈਆਂ ਕਿੱਦਾਂ ਇਹ ਸਾਰੀ ਕੈਂਪੇਨ ਬਿਲਡ ਹੋਈ ਕਿੱਦਾਂ ਗੁਰਦਾਸ ਮਾਨ ਦਾ ਇੱਕ ਡਾਊਨਫਾਲ ਸ਼ੁਰੂ ਹੋਇਆ ਕੈਨੇਡਾ ਦੀ ਧਰਤੀ ਤੋਂ ਉਸ ਤੇ ਚਸ਼ਮਦੀਤ ਨੇ ਅੱਜ ਸਾਡੇ ਨਾਲ ਜਿਨ੍ਹਾਂ ਨੇ ਉਹ ਸਾਰਾ ਸ਼ੋਅ ਦੇਖਿਆ ਜਿੱਥੇ ਉਹ ਸ਼ੋਅ ਦੇ ਵਿੱਚ ਜਿਹੜੀਆਂ ਸਾਰੀਆਂ ਘਟਨਾਵਾਂ ਜਦੋਂ ਵਾਪਰ ਰਹੀਆਂ ਨੇ ਜਿਹਦੇ ਵਿੱਚ ਗੁਰਦਾਸ ਮਾਨ ਦਾ ਵਿਰੋਧ ਹੋਇਆ ਤੇ ਉਸ ਤੋਂ ਬਾਅਦ ਅੱਜ ਤੱਕ ਦੀ ਫਿਜ਼ਾ ਕਿ ਇੱਕ ਇਨਾਮ ਤੱਕ ਤੇ ਰੋਕ ਲੱਗ ਗਈ ਹੈ ਉਹ ਮੇਰੀ ਮੁਰਾਦਾ ਰਾਜਵਿੰਦਰ ਸਿੰਘ ਰਾਹੀ ਹੋਣਾ ਤੋਂ ਜਿਹੜੇ ਕਿ ਪੰਜਾਬੀ ਦੇ ਲੇਖਕ ਨੇ ਚਿੰਤਕ ਨੇ ਤੇ ਉਹਨਾਂ ਦਿਨਾਂ ਦੇ ਵਿੱਚ ਸਾਲ 2019 ਦੇ ਅਕਤੂਬਰ ਮਹੀਨੇ ਦੇ ਵਿੱਚ ਜਦੋਂ ਇਹ ਇੰਟਰਵਿਊ ਸ਼ਾਇਆ ਹੁੰਦੀ ਹੈ ਇਹ ਟੂਰ ਕਰ ਰਿਹਾ ਹੈ ਕੈਨੇਡਾ ਦਾ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਰਾਜਵਿੰਦਰ ਰਾਹੀ ਨੇ ਉਹ ਉਹ ਉਹਨਾਂ ਦਿਨਾਂ ਦੇ ਵਿੱਚ ਉਹ ਕੈਨੇਡਾ ਦੇ ਸਿਗੇ ਤਾਂ ਜਦੋਂ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਤਾਂ ਪ੍ਰੋਟੈਸਟ ਉੱਥੇ ਪੰਜਾਬੀ ਹਿੱਤਿਆਸ਼ੀ ਜਿਹੜੇ ਕੈਨੇਡਾ ਦੇ ਨੇ ਗੁਰਵਿੰਦਰ ਸਿੰਘ ਢਾਲੀਵਾਲ ਹੋਰ ਜਿਹੜੇ ਸਾਰੇ ਲੋਕ ਉੱਥੇ ਸੀਗੇ ਪੰਜਾਬੀ ਹਿੱਤਿਆਸ਼ੀ ਉਹਨਾਂ ਦੇ ਨਾਲ ਰਲ ਕੇ ਇਹਨਾਂ ਨੇ ਇੱਕ ਪ੍ਰੋਟੈਸਟ ਉੱਥੇ ਆਰਗੇਨਾਈਜ਼ ਕੀਤਾ ਤੇ ਉਸ ਤੋਂ ਬਾਅਦ ਸਾਰੀ ਇਵਾਰਤ ਅੱਜ ਤੱਕ ਦੀ ਪਹੁੰਚੀ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਸਾਰਾ ਮਸਲਾ ਹੈ ਕਿੱਥੇ ਹੁਣ ਦੇਖਦੇ ਨੇ ਗੁਰਦਾਸ ਮਾਨ ਨੂੰ ਉਹਨਾਂ ਦਾ ਦਫਾ ਵੀ ਆਇਆ ਗਾਣੇ ਦੇ ਰੂਪ ਦੇ ਵਿੱਚ ਤਾਂ ਉਸ ਨੂੰ ਕਿਵੇਂ ਦੇਖਦੇ ਨੇ ਉੱਥੇ ਇਹ ਘਟਨਾਵਾਂ ਕਿਵੇਂ ਅਨਫੋਲਡ ਹੋਈਆਂ ਉਹ ਸਾਰੇ ਦੇ ਉੱਤੇ ਜਿਹੜੇ ਉੱਥੋਂ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜਿਵੇਂ ਤੁਸੀਂ ਪੰਜਾਬੀ ਦੇ ਹਵਾਲੇ ਨਾਲ ਤੁਸੀਂ ਲਗਾਤਾਰ ਇਹ ਦਿਨ ਵਾਪਸ ਕੀ ਰੱਖਦੇ ਹੋ ਪੰਜਾਬੀ ਅਦਬ ਦੇ ਹਵਾਲੇ ਨਾਲ ਹੈਨਾ ਤਾਂ ਉਹਦੇ ਵਿੱਚ ਇਹ ਹੈ ਕਿ ਜਿਹੜੀ ਗੀਤਕਾਰੀ ਹੈ ਤੇ ਫਨਕਾਰੀ ਹੈ ਬਹੁਤ ਸਾਰੇ ਥੋੜੇ ਮਤਲਬ ਕਿ ਪੰਜਾਬੀ ਦੇ ਵਿੱਚ ਗਾਇਕ ਗੀਤਕਾਰ ਨਹੀਂ ਜਿਹੜੇ ਗਾਇਕ ਵੀ ਨਹੀਂ ਤੇ ਗੀਤਕਾਰ ਵੀ ਨਹੀਂ ਤੇ ਗੁਰਦਾਸ ਮਾਨ ਵੀ ਉਹਨਾਂ ਚੋਂ ਇੱਕ ਨੇ ਤੇ ਤੁਸੀਂ ਗੁਰਦਾਸ ਮਾਨ ਨੂੰ ਇੱਕ ਜਦੋਂ ਤਾਂ ਇਹ ਘਟਨਾਵਾਂ ਨਹੀਂ ਸੀ ਵਾਪਰੀਆਂ ਤੁਸੀਂ ਕਿਸ ਕਿਸਮ ਦਾ ਉਹਨਾਂ ਨੂੰ ਕਿੱਦਾਂ ਦੇਖਦੇ ਸੀ ਇੱਕ ਫਨਕਾਰ ਦੇ ਤੌਰ ਤੇ ਇੱਕ ਆਦੀਬ ਦੇ ਤੌਰ ਤੇ ਕੀ ਤੁਹਾਡਾ ਬਿੰਬ ਸੀ ਗੁਰਦਾਸ ਮਾਨ ਬਾਰੇ ਆ ਦੇਖੋ ਜਿੱਥੋਂ ਤੱਕ ਗੁਰਦਾਸ ਮਾਨ ਦੀ ਗਾਇਕੀ ਆ ਉਹ ਸੋਲੋ ਵਾਲੇ ਪਾਸੇ ਆ ਦੁਕਾਨਾ ਗਾਇਕੀ ਤੋਂ ਛੱਡ ਕੇ ਜੀ ਪਹਿਲਾਂ ਮੁਹੰਮਦ ਸਦੀਕ ਦੀ ਦੁਕਾਨਾ ਗਾਇਕੀ ਸੀ ਫਿਰ ਕੁਲਦੀਪ ਮਾਨਕ ਕੱਲੀਆਂ ਲੈ ਕੇ ਆਇਆ ਫਿਰ ਗੁਰਦਾਸ ਮਾਨ ਨੇ ਕੋ ਵੱਖਰੀ ਟੋਨ ਚ ਲੈ ਕੇ ਆਇਆ ਮਾਮਲਾ ਗੜਬੜਾਇਆ ਜਾਂ ਹੋਰ ਗੀਤ ਜਿਹੜਾ ਉਹ ਤੋਂ ਜੂਥ ਸੀ ਜਿਹੜਾ 1980 85 ਤੋਂ ਬਾਅਦ ਦਾ ਨਵਾਂ ਉੱਪਰ ਰਿਹਾ ਸੀਗਾ ਉਹਨੂੰ ਨੇ ਅਪੀਲ ਕੀਤੀ ਤੇ ਇੱਕਦਮ ਇਹ ਮਕਬੂਲ ਹੋਇਆ ਢਫਲੀ ਲੈ ਕੇ ਆਇਆ ਨੱਚਣ ਦਾ ਸਟੇਜ ਤੇ ਹੋਰ ਹੈ ਦਾ ਆਪਣਾ ਵੱਖਰਾ ਸਟਾਈਲ ਸੀ ਉਹਨੂੰ ਦੋਵੇਂ ਵਿਦੇਸ਼ ਦੇ ਵਿੱਚ ਬੜੀ ਵੱਡੀ ਮਾਨਤਾ ਮਿਲੀ ਆ ਚਲੋ ਇਹਦੇ ਕੋਲੇ ਸ਼ੁਭਦਾਬਲੀ ਵੀ ਸੀ ਸ਼ਿੰਲੰਕਰ ਵੀ ਸੀ ਲਿਖਣ ਦਾ ਢੰਗ ਵੀ ਸੀ ਤੇ ਇਹਨੇ ਲੋਕਾਂ ਦੇ ਮਨਾਂ ਤੇ ਰਾਜ ਵੀ ਕੀਤਾ ਜੀ ਹੁਣ ਇਹ ਜਿਹੜੀ ਗਾਇਕੀ ਤੇ ਜਿਹੜੀ ਇਹਦੀ ਮਤਲਬ ਲਿਖਣੀ ਆ ਉਹ ਇੱਕ ਵੱਖਰਾ ਮਾਮਲਾ ਹੂੰ ਹੂੰ ਉਹਦੇ ਬਾਰੇ ਕੋਈ ਵਿਵਾਦ ਨਹੀਂ ਛਿੜਿਆ ਠੀਕ ਹੈ ਵੀ ਜਾਂ ਕੋਰੇ ਤੇ ਕੁਇਬ ਬਾਰ ਸ਼ੁਰੂ ਹੋ ਗਿਆ ਤੁਸੀਂ ਉਹਨੂੰ ਸਹੀ ਮੰਨ ਮਨ ਲਗੀ ਤੁਸੀਂ ਮੰਨਦੇ ਸੀ ਮੈਂ ਕਹਿੰਦਾ ਵੀ ਕਲਾਕਾਰ ਦੇ ਕਾਹੋ ਦੇ ਚ ਹਾਂ ਸੀ ਮੇਰਾ ਪੁਆਇੰਟ ਮੈਂ ਉਸੇ ਤੇ ਆਉਂਗਾ ਤੁਹਾਡੇ ਨਹੀਂ ਕਹਿੰਦਾ ਬਿਲਕੁਲ ਹੁੰਨਰ ਨਾਲ ਮੈਂ ਸਹਿਮਤ ਹਾਂ ਪਰ ਕਈ ਵਾਰ ਕੀ ਹੁੰਦਾ ਵੀ ਕੈਨੇਡਾ ਇੱਕ ਕਵੀ ਰਹਿੰਦਾ ਸੀ ਹੁਣ ਦੀ ਮੌਤ ਹੋ ਗਈ ਅਕਵਾਲ ਰਾਮੂ ਬੜ ਗਿਆ ਟ੍ਰਾਂਟੋ ਜੀ ਉਹਦੀ ਇੱਕ ਬੜੀ ਪੁਰਾਣੀ ਕਵਤਾ ਜਦੋਂ ਮੈਂ ਟੀਨਏਜ ਦੇ ਵਿੱਚ ਜਵਾਨੀ ਚੜ ਰਿਹਾ ਸੀਗਾ ਤਾਂ ਮੈਂ ਪੜ੍ਹੀ ਸੀ ਕਿਤੇ ਮੈਂ ਉਹਨਾਂ ਸ਼ੁਰੀਆਂ ਲਈ ਰੇਤੀ ਹੀ ਨਾ ਬਣ ਜਾਵਾਂ ਜਿਨ੍ਹਾਂ ਨੇ ਮੇਰੇ ਹੀ ਭਰਾਵਾਂ ਦੀਆਂ ਅੰਦਰਾਂ ਦਾ ਮਾਪ ਕਰਨਾ ਹੈ ਹੂੰ ਇੱਕ ਫਰੰਕਾਰ ਹੋਣ ਦੇ ਨਾਤੇ ਇੱਕ ਗਾਇਕ ਹੋਣ ਦੇ ਨਾਤੇ ਜਦੋਂ ਪੰਜਾਬ ਇੱਥੇ 1900 ਮਤਲਬ 90 99 ਦੌਰਾਨ ਖੂਨ ਨਾਲ ਭਰੀ ਹੋਈ ਥਾਲੀ ਬੰਗ ਛਲਕਰ ਹੈ ਸੀਗਾ ਹੂੰ ਹੂੰ ਇੱਥੇ ਜਿਹੜੇ ਸਿੱਖ ਨੌਜਵਾਨ ਸੀਗੇ ਉਹਨਾਂ ਦਾ ਇੱਕ ਇਖਤਰਾ ਸੀ ਵੀ ਉਹਨੂੰ ਖਤਮ ਕਰ ਦੋ ਜੀ ਭਾਵੇਂ ਇਥੇ ਖਾਲਸਤਾਨੀ ਮੂਵਮੈਂਟ ਦੇ ਨਾਤੇ ਸੀ ਉੱਚ ਹਜ਼ਾਰਾਂ ਨਿਰਦੋਸ਼ ਨੌਜਵਾਨ ਖਤਮ ਕਰਤੇ ਕੋਈ ਸੁਣਵਾਈ ਨਹੀਂ ਸੀ ਇੱਕ ਐ ਤੇ ਲੇਖਕ ਦੇ ਤੌਰ ਤੇ ਮੈਂ ਬੈਠ ਤੇ ਖੜ ਕੇ ਜੇ ਦੇਖਾਂ ਤਦ ਮਨੁੱਖੀ ਅਧਿਕਾਰਾਂ ਦੇ ਨੂੰ ਆਪਾਂ ਹਿਊਮਨ ਰਾਈਟਸ ਕਹਿੰਦੇ ਆ ਬਹੁਤ ਵੱਡਾ ਕਹਾਣ ਹੋਇਆ ਤਾਂ ਉਹ ਉਸ ਵਕਤ ਕੀ ਹੁੰਦਾ ਵੀ ਜਿਹੜੇ ਕਲਾਕਾਰ ਆ ਸਹਿਤਕਾਰ ਆ ਉਹ ਕਿਸੇ ਕੌਮ ਦੀ ਕਿਸੇ ਭਾਈਚਾਰੇ ਦੇ ਦਰਦ ਨਾਲ ਵੀ ਖੜੇ ਹੁੰਦੇ ਨੇ ਕਲਾਉਂਦਾ ਗਾਇਕ ਜਾਂਦਾ ਮਨੋਰੰਜਨ ਕਰਨਾ ਹੀ ਨਹੀਂ ਹੁੰਦਾ ਸਾਡੇ ਸਾਹਮਣੇ ਉਸ ਸਮੇਂ ਦੇ ਜਿਹੜੇ ਸਮਕਾਲੀ ਗਾਇਕ ਨੇ ਜਿਵੇਂ ਕਿ ਕੁਲਦੀਪ ਮਾਨਕ ਜੀ ਨੇ ਹੰਸ ਰਾਜ ਹੰਸਾ ਅਦਿਲਸ਼ਾਹ ਅਕਤਰੇ ਤੋਂ ਪੰਨਾ ਛੋਟਾ ਸੀ ਉਹਨਾਂ ਨੇ ਇੱਕ ਐਕਟ ਤਾਂ ਵੀ ਕਿਸੇ ਨਾ ਕਿਸੇ ਰੂਪ ਦੇ ਉਹ ਚੰਨ ਆ ਮੈਂ ਇਸੇ ਇਸੇ ਪੁਆਇੰਟ ਤੇ ਵਾਪਸ ਆਉਂਗਾ ਪਰਬਲ ਨੂੰ ਇਹ ਘਟਨਾਵਾਂ ਦੱਸੋ ਕਿ 2019 ਦੇ ਜਿਹੜਾ ਅਕਤੂਬਰ ਮਹੀਨਾ ਉਸ ਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਤਾਂ ਇਹ ਜਿਹੜੀਆਂ ਘਟਨਾਵਾਂ ਨੇ ਗੁਰਦਾਸ ਮਾਨ ਦੇ ਖਿਲਾਫ ਜਿਹੜੇ ਪ੍ਰੋਟੈਸਟ ਸ਼ੁਰੂ ਹੋਏ ਹੋਰ ਹੋਇਆ ਉਹਦੀ ਵਿਧ ਕਿਵੇਂ ਬਣੀ ਉਹ ਵਧੇ ਬਣੀ ਵੀ ਗੁਰਦਾਸ ਮਾਨ ਉੱਥੇ ਇੱਕ ਕਲੈਂਟਾ ਦਾ ਟੂਰ ਸੀਗਾ ਵੀ ਮੇਰੇ ਸ਼ੋਅ ਸੀਗੇ ਤੇ ਸ਼ਰੀ ਦੇ ਨੇੜੇ ਐਬਟਸਪੋਰਟ ਸ਼ਹਿਰ ਦੇ ਵਿਚ ਵਿੱਚ ਦਾ ਸ਼ੋਅ ਸੀਗਾ ਪਹਿਲਾ ਜੀ ਉੱਥੇ ਜਿਹੜਾ ਸ਼ਰੀ ਦੇ ਵਿੱਚ ਰੇਡੀਓ ਚੱਲਦਾ ਰੈੱਡ ਐਫ ਐਮ ਉੱਥੇ ਦਾ ਬੜਾ ਹੈ ਨਾ ਹੋਇਆ ਹੋਸਟਾ ਹਰਜਿੰਦਰ ਸਿੰਘ ਬੜਾ ਪੁਰਾਣਾ ਹੈਗਾ ਉਹਦੇ ਨਾਲ ਦੀ ਇਸ ਮਾਮਲੇ ਤੇ ਕੋਈ ਇੰਟਰਵਿਊ ਸੀ ਤੇ ਉਹਨੇ ਕੀ ਕੀਤਾ ਵੀ ਕੁਦਰਤੀ ਤੌਰ ਤੇ ਹੀ ਬੋਲੀ ਦਾ ਮਾਮਲਾ ਭਖਿਆ ਹੋਇਆ ਸੀਗਾ ਉਹਨਾਂ ਦਿਨਾਂ 'ਚ ਅਮਿਤ ਸ਼ਾਹ ਦਾ ਜਿਹੜਾ ਕਵਿਆਨ ਐ ਸੀ ਜਿਹੜਾ ਦੇਸ਼ ਦਾ ਇਸ ਵਕਤ ਗਰਾਂ ਮੰਤਰੀ ਹੈ ਭਾਜਪਾ ਦਾ ਕਿ ਇਹ ਦੇਸ਼ ਦੇ ਵਿੱਚ ਇੱਕ ਬੋਲੀ ਇੱਕ ਦੇਸ਼ ਹੋਣਾ ਚਾਹੀਦਾ ਤੇ ਬੋਲੀ ਕਿਹੜੀ ਹੋਵੇ ਹਿੰਦੀ ਵੀ ਹਿੰਦੀ ਦੇਸ਼ ਦੀ ਰਾਸ਼ਟਰੀ ਭਾਸ਼ਾ ਹੋਣੀ ਚਾਹੀਦੀ ਆ ਇਸ ਮਾਮਲੇ ਤੇ ਬਿਵਾਲ ਛੜਿਆ ਹੋਇਆ ਸੀਗਾ ਉਦੋਂ ਤੇ ਜਿਹਦੇ ਕਰਕੇ ਕੁਝ ਹੋਰ ਕ ਡਰਾਮਾ ਵੀ ਵਾਪਰਿਆ ਜਾਂ ਸੰਨ ਉਹਨੇ ਇਹਦੇ ਵਿੱਚੋਂ ਗਲਤ ਕਰਦੇ ਕਲਾਕਾਰਾਂ ਦੇ ਬਾਰੇ ਇਸ ਹੋਰ ਬਾਰੇ ਕਰਦੇ ਕਰਦੇ ਸਵਾਲ ਕਰਤਾ ਪਰ ਹੁਣ ਜਦੋਂ ਮੈਂ ਬਾਅਦ ਚੋਂ ਵੀਡੀਓ ਨੂੰ ਦੇਖਦਾ ਜਦੋਂ ਅਸੀਂ 2019 ਚ ਦੇਖੀ ਕੁਝ ਦੋਸਤਾਂ ਨੇ ਉਹ ਹੁਣ ਕੱਟ ਕੇ ਐਡਿਟ ਕਰਕੇ ਦੁਬਾਰੇ ਪਾਈ ਗਈ ਆ ਉਹਦੇ ਬੱਚੇ ਪੂਰੀ ਤਲਖੀ ਨਾਲ ਕਹਿ ਰਹੇ ਹੈ ਵੀ ਜਿਹੜੀ ਮਤਲਬ ਹਿੰਦੀ ਆ ਇਹ ਦੇਸ਼ ਦੀ ਰਾਸ਼ਟਰੀ ਭਾਸ਼ਾ ਹੋਣੀ ਚਾਹੀਦੀ ਆ ਕਿਉਂ ਨਾ ਹੋਵੇ ਵੀ ਇੱਕ ਬੋਲੀ ਇੱਕ ਦੇਸ਼ ਤੇ ਲਿੰਕ ਭਾਸ਼ਾ ਤਾਂ ਹਿੰਦੀ ਹੋਣੀ ਚਾਹੀਦੀ ਆ ਇਹ ਜਿਹੜਾ ਮਾਮਲਾ ਹੈਗਾ ਪੋਲੀਟੀਕਲੀ ਇਹ ਜਿਹੜੀ ਇਹਦੀ ਪੋਜੀਸ਼ਨ ਬੇਸਿਕਲੀ ਡਿਫੈਕਟਿਵ ਆ ਕਿਉਂਕਿ 147 ਤੋਂ ਉਹ ਲੈ ਕੇ ਜੋ ਦੇਸ਼ ਯਾਦ ਅਨ ਸੰਵਿਧਾਨ ਬਣਾਉਣ ਲੱਗੇ ਆ ਉਸ ਵਕਤ ਤੋਂ ਲੈ ਕੇ ਹੀ ਇਹ ਰੜਕਾ ਸੀ Nehru ਤੇ Patel ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣੀ ਚਾਹੁੰਦੇ ਸੀ ਪਰ ਜਿਹੜੇ ਸਾਊਥ ਵਾਲੇ ਆ ਹੋਰ ਲੋਕ ਆ ਉਹ ਅੜ ਗਏ ਸੀ ਵੀ ਨਹੀਂ ਇਹਦੇ ਨਾਲ ਸਾਡੀਆਂ ਜਿਹੜੀਆਂ ਖੇਤਰੀ ਭਾਸ਼ਾਵਾਂ ਉਹ ਖਤਮ ਹੋ ਜਾਣਗੀਆਂ ਸਾਡੀਆਂ ਭਾਸ਼ਾਵਾਂ ਕਿਉਂ ਹਿੰਦੀ ਤੋਂ ਕਿਸ ਤਰ੍ਹਾਂ ਘਟਾ ਉਹ ਹਿੰਦੀ ਦਾ ਜੇ ਡਿਵੈਲਪ ਹੋ ਰੇ ਸੀ ਉਹਨਾਂ ਦਿਨਾਂ 'ਚ ਇਹਨੂੰ ਅਜੇ ਦੇਵਨਾਗਰੀ ਕਿਹਾ ਜਾਂਦਾ ਸੀਗਾ ਦੇਵਨਾਗਰੀਆਂ ਪ੍ਰਚਾਰ ਨਹੀਂਆਂ ਸੁਭਾਸ਼ਾਂ ਬਣਾਈਆਂ ਜਾਂਦੀਆਂ ਜਾਂਦੀਆਂ ਸੀਗਾ ਪੂਰੇ ਤੌਰ ਤੇ ਚਾਰਨ ਦੇ ਖੇਤਰ ਜਾਂ ਹੋਰ ਲਿਖਣ ਦੇ ਖੇਤਰ ਵੀ ਵਿਕਸਤ ਨਹੀਂ ਸੀ ਇਹ ਉਹ ਕੋਈ ਵੀ ਸਾਡੀਆਂ ਭਾਸ਼ਾਵਾਂ ਨੂੰ ਲਿੰਕ ਭਾਸ਼ਾ ਬਣਾ ਲਓ ਚਾ ਨਵੀਂ ਪਿਆਰ ਆ ਉਹਦਾ ਇਹੀ ਸਾਡੇ ਤੇ ਕਿਉਂ ਤੋਂ ਪੁੱਛਿਆ ਇਹਦਾ ਬਹੁਤ ਅੰਤਰ ਸੀਗਾ ਉਸ ਸਮੇਂ ਤੋਂ ਲੈ ਕੇ ਹੀ ਜਿਹੜਾ ਮਤਲਬ ਇੱਥੇ ਇੱਕ ਲਿੰਗ ਭਾਸ਼ਾ ਕੀ ਬਣੇ ਇਹ ਵਿਵਾਰ ਚੱਲਿਆ ਰਿਹਾ ਤੇ ਕੋਈ ਵੀ ਲਿੰਗ ਭਾਸ਼ਾ ਨਹੀਂ ਬਣੀ ਇੱਥੇ ਅਜੇ ਭਾਰਤ ਦੇ ਕਿਉਂਕਿ ਇੱਥੇ ਵੱਖ-ਵੱਖ ਸੂਬੇ ਨੇ ਵੱਖ-ਵੱਖ ਬੋਲੀਆਂ ਨੇ ਜੇ ਜੋਰਪ ਦੀ ਗੱਲ ਵੀ ਕਰਨੀ ਹੋਵੇ ਜੋਰਪ ਦੇ ਵਿੱਚ ਵੀ ਚਾਹੇ ਜਰਮਨੀ ਆ ਚਾਹੇ ਫਰੈਂਚ ਆ ਚਾਹੇ ਉਥੋਂ ਦੀਆਂ ਹੋਰ ਬਹੁਤ ਸਾਰੀਆਂ ਬੋਲੀਆਂ ਉਹਨਾਂ ਲੋਕਾਂ ਦੇ ਵਿੱਚ ਜੇ ਕੋਈ ਲਿੰਗ ਭਾਸ਼ਾ ਹੈਗਾ ਪਰ ਉਹ ਆਪਣੀਆਂ ਜਿਹੜੀਆਂ ਖੇਤਰੀ ਪਛਾਣਾਂ ਨੇ ਉਹ ਵੀ ਬਹੁਤ ਡਵੈਲਪ ਹੋਪਾ ਉਹਨਾਂ ਲਿਟਰੇਚਰ ਉਹਦਾ ਸਾਰਾ ਕੁਝ ਬਿਲਕੁਲ ਠੀਕ ਹੈ ਤੁਹਾਡੀ ਜਿਹੜੀ ਜਿਹੜੀ ਪੋਜੀਸ਼ਨ ਸੀ ਉਹ ਜਦੋਂ ਤੁਸੀਂ ਵੀਡੀਓ ਦੇਖਦੇ ਆ ਉਹਦੀ ਉਹ ਸਮਝਦੀ ਹਾਂਜੀ ਤਾਂ ਜਿਹੜੇ ਤੇ ਨਾਲ ਪ੍ਰਮੋਟਰ ਸੀ ਜਾਂ ਇਹਦੇ ਸਾਰੇ ਉਹ ਸ਼ੋਅ ਦੇ ਵਾਲੇ ਸੀਗੇ ਉਹ ਇਹਨੂੰ ਖਿੱਚ ਕੇ ਲੈ ਕੇ ਜਾਂਦੇ ਨੇ ਇੱਕ ਨਹੀਂ ਤਾਂ ਮੈਨੂੰ ਗੱਲ ਕਰਨ ਦੋ ਚਲੋ ਉੱਥੋਂ ਗੱਲ ਕਰਕੇ ਤਾਂ ਤੈਸ ਜਿਹੇ ਕਹਿੰਦਾ ਵੀ ਪੰਜਾਬ ਦੇ ਪੰਜਾਬੀਆ ਵੀ ਜਿਹੜੀ ਇਹਦੀ ਹਿੰਦੀ ਆ ਉਹ ਸਾਡੀ 마ਸੀ ਆ ਉਹਨੂੰ ਵੀ ਪੰਜਾਬ ਦੇ ਵਿੱਚ ਮਾਨਤਾ ਨੂੰ ਮਿਲਣਾ ਚਾਹੀਦਾ ਤੇ ਇਹ ਜਿਹੜੀ ਪੋਲੀਟੀਕਲ ਜਿਹੜੀ ਹੈਗੀ ਆ ਇਹ ਮੰਨਦੇ ਨਹੀਂ ਵੀ 마ਸੀ ਆ ਨਹੀਂ 마ਸੀ ਨਹੀਂ 마ਸੀ ਹੋਰ ਚੀਜ਼ ਨਾਲ ਸੌਂਕਣ ਹੋਰ ਚੀਜ਼ ਆ ਹੂੰ ਇਹ ਸੌਂਕਣ ਸੌਂਕਣ ਕੀ ਹੁੰਦੀ ਆ ਵੀ ਜਦੋਂ ਕੋਈ ਔਰਤ ਆ ਜਿਹੜੀ ਮੰਗੇ ਉਹਨੂੰ ਸੰਕੜਾ ਦੁੱਖ ਪੁੱਸ ਕੇ ਦੇਖੋ ਜੇ ਸੰਕੜਣ ਘਰ ਚ ਵੱੜਦਾ ਫਿਰ ਉਹ ਮਾਂ ਦਾ ਜਿਹੜਾ ਰਸਤਾ ਦੂਜੇ ਪਾਸੇ ਦੀ ਕੱਢ ਕੇ ਬਾਹਰ ਕਰ ਦਿੰਦੀ ਹੁੰਦੀ ਹੈ ਹਮੇਸ਼ਾ ਮਾਸੀ ਦਾ ਕਿਵੱਥ ਦਾ ਰਸਤਾ ਹੁੰਦਾ ਉਹ ਹੋਰ ਤਰ੍ਹਾਂ ਦੀ ਹੁੰਦੀ ਆ ਸੰਕੜਣ ਹੋਰ ਚੀਜ਼ ਆ ਇਹ ਸੰਕੜਣ ਨੂੰ ਮਾਸੀ ਕਹੀ ਜਾਂਦਾ ਐਕਚੁਅਲੀ ਇਹਨੂੰ ਸਮਝਣ ਦੇ ਥੇ ਟੱਪਲਾ ਲੱਗ ਰਿਹਾ ਨਹੀਂ ਤੇ ਇਹ ਮਤਲਬ ਨਹੀਂ ਨਹੀਂ ਮੇਰਾ ਪੁਆਇੰਟ ਇਹ ਹੈ ਕਿ ਜੇ ਮਾਨੂੰ ਟੱਪਲਾ ਲੱਗ ਰਿਹਾ ਤਾਂ ਇਹ ਅਨਭੋਲਤਾ ਜੋ ਕਰ ਰਿਆ ਜਾਂ ਕਿਸੇ ਪੋਲੀਟੀਕਲ ਸ਼ਰਾਰਤ ਚੋਂ ਕਰ ਰਿਹਾ ਆ ਦੇਖੋ ਦੋ ਗੱਲਾਂ ਹੋ ਸਕਦੀਆਂ ਪੋਲੀਟੀਕਲੀ ਕੀ ਹੁੰਦਾ ਕਈ ਵਾਰੀ ਜ਼ਰੂਰੀ ਨਹੀਂ ਵੀ ਕਲਾਕਾਰ ਜਿਹੜੇ ਹੈਗੇ ਆ ਖਿਡਾਰੀਆਂ ਤੇ ਇਹ ਜੇ ਕਲਾਕਾਰਾਂ ਵੀ ਹੁੰਦਾ ਵੀ ਖਿਡਾਰੀ ਜਿਹੜੇ ਹੁੰਦਾ ਉਹ ਵੀ ਨੈਸ਼ਨਲਿਸਟ ਹੁੰਦੇ ਨੇ ਉਹਨਾਂ 'ਚ ਵੀ ਨੈਸ਼ਨਲਿਜ਼ਮ ਕੁੱਟ-ਕੁੱਟ ਕੇ ਭਰਿਆ ਜਾਂਦਾ ਤੇ ਜਿਹੜੇ ਇਹ ਜੇ ਕਲਾਕਾਰ ਹੁੰਦੇ ਆ ਉਹਨਾਂ 'ਚ ਵੀ ਨੈਸ਼ਨਲਿਜ਼ਮ ਦੀ ਭਾਵਨਾ ਹੁੰਦੀ ਆ ਨੈਸ਼ਨਲਿਜ਼ਮ ਕੀ ਹੈ ਇਹ ਹੀ ਆ ਨਾ ਵੀ ਤੁਸੀਂ ਸਾਰੀਆਂ ਬੋਲੀਆਂ ਮਿਲਾ ਕੇ ਸਾਰਾ ਕੁਝ ਕਰਕੇ ਵੀ ਇੱਕ ਰਾਸ਼ਟਰੀ ਸਿਰਜਣਾ ਕਰਨੀ ਆ ਉਹ ਜਿਹੜੇ ਖੇਤਰ ਆ ਖੇਤਰ ਦਾ ਸੱਭਿਆਚਾਰ ਆ ਉਹ ਸਾਰਾ ਕੁਝ ਅਣਗੋਲਿਆ ਕੀਤਾ ਜਾਂਦਾ ਇੱਥੇ ਇਹਦੀ ਗੱਲ ਕੀ ਸੀ ਜਦੋਂ ਅਮਿਤ ਸਰ ਦਾ ਉਹ ਬਿਆਨ ਆ ਗਿਆ ਸੀ ਉਹਦੇ ਬਜਾਏ ਤੇ ਇਹ ਕਰ ਰਿਹਾ ਸੀ ਤਾਂ ਉਹਦੀ ਪੋਲਿਟਿਕਸ ਨਾਲ ਇਹ ਜੁੜ ਗਿਆ ਕੋਕੀ ਦਾ ਜਿਹੜਾ ਪ੍ਰਾਣਾ ਪਸ਼ੋਕੜ ਆ ਉਹ ਵੀ ਕੋਈ ਬਹੁਤਾਂ ਚੰਗਾ ਨਹੀਂ ਪੋਲੀਟিক্যাল ਪੱਖ ਤੋਂ ਜਦੋਂ ਆਪਾਂ ਉਹ ਗੱਲ ਕਰਦੇ ਆਂ ਵੀ ਜਦੋਂ ਇੱਥੇ ਪੰਜਾਬ ਖੂਨ ਮੇ ਮੈਂ ਵਾਪਸ ਆਉਂਗਾ ਉਸੇ ਗੱਲ ਤੇ ਆਉਂਗਾ ਪਰ ਫਿਰ ਉਸ ਤੋਂ ਬਾਅਦ ਜਦੋਂ ਇੱਕ ਘਟਨਾਵਾਂ ਹੋ ਗਈਆਂ ਮਤਲਬ ਕਿ ਜਦੋਂ ਉੱਥੇ ਉਹ ਜਿਹੜੀ ਇੰਟਰਵਿਊ ਹੋਈ ਉਸ ਇੰਟਰਵਿਊ ਤੋਂ ਬਾਅਦ ਤੁਸੀਂ ਉਹ ਐਂਕਰ ਨੂੰ ਵੀ ਮਿਲੇ ਆਂ ਹੋਸਟ ਵੀ ਤੁਹਾਨੂੰ ਮਿਲ ਕੇ ਗਏ ਤਾਂ ਉਸ ਤੋਂ ਬਾਅਦ ਜਿਹੜਾ ਐਕਸਪਰਟ ਦੇ ਵੀ ਜਿਹੜਾ ਪ੍ਰੋਟੈਸਟ ਹੋਇਆ ਉਹ ਕਿੰਨੇ ਉਹਦੀ ਵਿਦਬਣੀ ਆ ਦੇਖੋ ਉਸ ਤੋਂ ਬਾਅਦ ਉਹ ਜਿਹੜੀ ਇੰਟਰਵਿਊ ਚੱਲ ਗਈ ਇੰਟਰਵਿਊ ਵੀ ਤਾਂ ਤਲਖੀ ਚ ਦਿੱਤੀ ਸੀ ਇਹ ਜਿਹੜੇ ਪ੍ਰਮੋਟਰ ਸੀ ਜਾਂ ਉਹ ਜਿਹੜੇ ਸ਼ੋਧ ਵਸੇ ਤੁਸੀਂ ਕੀ ਹੋਰ ਸ਼ਬਦ ਵਰਤਦੇ ਆ ਉਹ ਲੈ ਕੇ ਜਾਂਦਾ ਪਰ ਫਿਰ ਵੀ ਉਹਨੂੰ ਕਹਿੰਦਾ ਨਹੀਂ ਯਾਰ ਮੈਨੂੰ ਗੱਲ ਕਰਨ ਦੋ ਉਹਨੂੰ ਐਡਿਟ ਕਰਤਾ ਪੀਸੋ ਦੇ ਵਿੱਚੋਂ ਉਹਦੇ ਨਾਲ ਜਿਹੜੇ ਉੱਥੇ ਪੰਜਾਬੀ ਪ੍ਰੇਮੀ ਸੀਗੇ ਤੇ ਉਹਨਾਂ ਦੇ ਵਿੱਚ ਇੱਕ ਰੋਸ਼ ਦੀ ਲਹਿਰ ਜਾਗੀ ਜਦੋਂ ਉਹਨਾਂ ਨੇ ਸੁਣੀ ਉਹ ਉਹਦੇ ਫੈਨ ਸੀ ਫੈਨ ਦੇ ਮੈਨੂੰ ਤੱਕਾ ਲੱਗਦਾ ਵੀ ਯਾਰ ਉਹ ਹਿੰਦੀ ਨੂੰ ਪ੍ਰਮੋਟ ਕਰੀ ਜਾਂਦਾ ਵੀ ਜਿਹੜਾ ਇੱਕ ਵਿਵਾਦ ਆ ਤੇ ਅਮਿਤ ਸਾਹਿਬ ਵੀ ਹੁਣ ਉਹੀ ਕਹੀ ਜਾਂਦਾ ਤੇ ਉਹਨਾਂ ਦਿਨਾਂ 'ਚ ਹੀ ਤੁਸੀਂ ਯਾਦ ਕਰੋ ਕਿ ਡਰਾਮਾਂ ਦੀ ਲੜੀ ਨੂੰ ਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ 1947 ਤੋਂ ਲੈ ਕੇ ਚੱਲੀ ਆ ਰਹੀ ਸੀ ਧਾਰ 176 ਤੋੜ ਕੇ ਤੇ ਜੰਮੂ ਕਸ਼ਮੀਰ ਦੇ ਜਿਹੜੇ ਲੋਕ ਆ ਉਹ ਆ ਤਾਰ ਕੇ ਅਮਿਤ ਸਾਧ ਤੇ ਮੋਦੀ ਨੇ ਅੰਦਰ ਪਿੰਜਰਿਆਂ ਨੂੰ ਬੰਦ ਕੀਤੇ ਹੋਏ ਸੀਗੇ ਹੂੰ ਦੇਸਬ ਦੇ ਇੱਥੇ ਰੋਸ ਸੀ ਵੀ ਯਾਰ ਉਹਦੀ ਮਾਦੇ ਦਾ ਕੀਤੀ ਜਾਵੇ ਉਹਨਾਂ ਦਿਨਾਂ 'ਚ ਇਹ ਗੱਲਾਂ ਗਈ ਸੋ ਉਹਦੇ ਨਾਲ ਉਹਦੇ ਪੰਜਾਬੀ ਪ੍ਰੇਮਿਆਂ 'ਚ ਉੱਥੇ ਸਹਿਤ ਸੁਆਮਾ ਬੜੀਆਂ ਨੇ ਕੁਝ ਪੰਜਾਬੀ ਦੇ ਮਨ 'ਚ ਬਣੇ ਨੇ ਇਟਸਫੋਰਟ ਦੇ ਵਿੱਚ ਪੰਜਾਬੀ ਸਹਿਸਵਾ ਮਤਲਬ ਪੁਰਾਣੀ ਬਣੀ ਹੋਈ ਇੱਕ ਹੋਰ ਸੰਸਥਾਵਾਂ ਨੇ ਤੇ ਜਿਹਦੇ ਇੱਕ ਮਤਲਬ ਜਿਹੜੇ ਉਥੋਂ ਦੇ ਰੇਡੀਓ ਕਮੈਂਟੇਟਰ ਨੇ ਤੇ ਰਾਈਟਰ ਵੀ ਨੇ ਪੱਤਰਕਾਰ ਵੀ ਨੇ ਡਾਕਟਰ ਗੁਰਵਿੰਦਰ ਸਿੰਘ ਢਾਲੀਵਾਲ ਜਿੰਨ ਦਾ ਕਪਣਾ ਉਥੇ ਖਾਸ ਥਾਂਗਾ ਪੰਜਾਬੀ ਭਾਈਚਾਰੇ ਦੇ ਵਿੱਚ ਉਹਨਾਂ ਨੇ ਕੁਝ ਤਾਲਮਿਲ ਕੀਤਾ ਵੀ ਆਪਾਂ ਨੂੰ ਯਾਰ ਇੱਥੇ ਕੋਈ ਗੱਲ ਕਰਨੀ ਚਾਹੀਦੀ ਆ ਬੈਠ ਕੇ ਵੀ ਜੋ ਗੁਰਦਾਸ ਮਾਨ ਦੀ ਇਹ ਪੋਜੀਸ਼ਨ ਆ ਇੱਕ ਦੇਸ਼ ਇੱਕ ਬੋਲੀ ਵਾਲੀ ਇਹ ਬੜੀ ਡਿਫੈਕਟਿਵ ਪੋਜੀਸ਼ਨ ਆ ਇਹ ਸਹੀ ਨਹੀਂ ਕਿਉਂਕਿ ਕਿਸੇ ਸਮੇਂ ਪਾਕਿਸਤਾਨ ਵੀ ਇਹ ਪੋਜੀਸ਼ਨ ਲਈ ਸੀ ਤਾਂ ਬਾਅਦ ਚ ਗੱਲ ਕਰਾਂਗੇ ਉਹ ਵੀ ਕਹਿੰਦਾ ਸੀ ਵੀ ਦੇਵਨਾਗਰੀ ਹੀ ਲੈਣੀ ਚਾਹੀਦੀ ਆ ਇਹ ਤਾਂ ਡਿਫੈਕਟਿਵ ਆ ਉਹ ਪੰਜਾਬੀ ਪ੍ਰੇਮੀਆਂ ਨੇ ਕੋਈ ਮੀਟਿੰਗ ਕੀਤੀ ਗੱਲ ਕੀਤੀ ਤਾਂ ਉਸੇ ਦੌਰਾਨ ਹੀ ਦੂਜੇ ਦਿਨ ਜਾਂ ਤੀਜੇ ਦਿਨ ਇਹ ਅਕਤੂਬਰ ਦੀ ਗੱਲ ਆ ਅਕਤੂਬਰ 2019 ਦੀ ਇਹ 15 ਅਕਤੂਬਰ ਤੱਕ ਦੀ ਇਹ ਮੇਰਾ ਖਿਆਲ ਆ ਜਿਹੜੀ ਇਹ ਵੀਡੀਓ ਜਾਂ ਇੰਟਰਵਿਊ ਜਾਰੀ ਹੋਈ ਸੀਗੀ ਨਸ਼ਰ ਹੋਈ ਆ ਤੇ ਸਾਰੇ ਪੰਜਾਬੀ ਪ੍ਰੇਮੀਆਂ ਨੇ ਗੱਲ ਕੀਤੀ ਵੀ ਜਾਂ ਤਾਂ ਉਹਦੇ ਗੁਰਦਾਸ ਮਾਨ ਨੂੰ ਬੈਠ ਕੇ ਗੱਲ ਕੀਤੀ ਜਾਵੇ ਉਹ ਗਰਦਾਸ ਮਾਨ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਸੇ ਨੇ ਫੋਨ ਨਾ ਚੱਕਿਆ ਜੈ ਉਹਨੇ ਬੈਠਣਾ ਮناسب ਨਾ ਸਮਝਿਆ ਵੀ ਆਪਾਂ ਬੈਠ ਕੇ ਮناسب ਗੱਲ ਕਰ ਲਈ ਵੀ ਭਾਈ ਸਾਹਿਬ ਤੁਹਾਡੀ ਇਹ ਪੇਸ਼ੈਂਟ ਡਿਫਿਕਟ ਵੈਨ ਨੂੰ ਦੁਬਾਰਾ ਆਪਦੀ ਰਿਵਿਊ ਕਰੋ ਰਿਵਿਊ ਕਰੋ ਇਹਨੇ ਮਿਲਦਾ ਉਹ ਨਹੀਂ ਕੀਤਾ ਤਾਂ ਉੱਥੇ ਪੰਜਾਬੀ ਪਿਆਰ ਤੇ ਹੋ ਗਿਆ ਵੀ ਆਪਾਂ ਨਾ ਇੱਕ 7ਵੇਂ ਰੋਸ ਕਰ ਗਏ ਐਵਿਟ ਸਪੋਰਟ ਦੇ ਜਿਹਾ ਹਾਲ ਦੇ ਬੱਚ ਦਾ ਪ੍ਰੋਗਰਾਮ ਸੀਗਾ ਟੈਕਨਾਲੰਜਮੀਆਂ ਸੀਗਾ ਉਹਦੇ ਵਿੱਚ ਮੈਂ ਵੀ ਸ਼ਾਮਿਲ ਹੋਇਆ ਤੇ ਗੁਰਦੇਵਿੰਦਰ ਢਾਲੀਬਾਲ ਹੋਰ ਉਥੇ अनेका ਜਿਹੜੇ ਮਤਲਬ ਸਾਊਥ ਰਿਵਿਊ ਇੱਕ ਸੰਸਥਾ ਹੈਗੀ ਆ ਭਪਿੰਦਰ ਮੱਲੀ ਜੀ ਉਹ ਵੀ ਬੜੇ ਪ੍ਰੋਮਿਨੈਂਟ ਨੇ ਇਧਰੋਂ ਬੈਂਕੂਵਰ ਤੋਂ ਹੋਰ ਲੇਖਕ ਤੇ ਗੁਰਦਾਸ ਰਾਮ ਆਲਮ ਸੈਦ ਸਭਾ ਬਣੀ ਹੋਈ ਆ ਹੋਰ ਸੈਦ ਸਭਾਾਂ ਮਾ ਤੇ ਮੁੰਡਾ ਇੱਕ ਗੁਰਮੁਖ ਸਿੰਘ 골ਡੀ ਦੇਵਾਲ ਵਗੈਰਾ ਉਹ ਸਾਰੇ ਗਰੁੱਪ ਚਰਨਜੀਤ ਸੁਝੋਂ ਸਵਰੀ ਤੋਂ ਉਹ ਕਾਫੀ 5 400 ਜਿਹਦੇ ਵਿੱਚ ਬੱਚੇ ਵੀ ਸੀ ਲੇਡੀਜ਼ ਵੀ ਸੀ ਪੰਜ 400 ਪੰਜਾਬੀ ਪ੍ਰੇਮੀਆਂ ਦਾ ਇੱਕ ਗਰੁੱਪ ਬਗੈਰ ਕੋਈ ਮਤਲ ਛੋਟੀ ਮੋਟੀ ਕਾਲ ਤੇ ਜਾਂ ਫੋਨਾਂ ਤੇ ਆਪਸ ਵਿੱਚ ਅੱਛੀ ਗੱਲ ਕਰਕੇ ਉਹ ਛੋਟੀ ਜੀ ਕਾਲ ਤੇ ਹੀ ਸ਼ਾਰਟ ਟਾਈਮ ਤੇ ਹੀ ਉਹ ਜਿਹੜਾ ਹਾਲ ਸੀ ਹਾਲ ਦੇ ਵਿਚਕਾਰ ਸੜਕ ਤੇ ਸੜਕ ਤੇ ਇਕੱਠਾ ਹੋਗੇ ਉਹਨਾਂ ਨੇ ਮਤਲਬ ਨਾਰੇਬਾਜ਼ੀ ਕਰਨ ਚ ਨੂੰ ਕਿ ਉੱਥੇ ਮਤਲਬ ਮਾਈਕ੍ਰੋਫੋਨ ਆ ਗਿਆ ਵੀ ਭਾਈ ਇਹ ਜਿਹੜਾ ਗੁਰਦਾਸ ਮਾਨਾ ਮਾਫੀ ਮੰਗੇ ਵੀ ਜਿਹੜੀ ਉਹਦੀ ਪਰਫਰਮੈਂਸ ਡਿਫੈਕਟ ਪਾ ਪੰਜਾਬੀ ਬੋਲੀ ਬਾਰੇ ਜਦੋਂ ਮਾਸੀ ਕਹਿੰਦਾ ਵੀ ਅਸੀਂ ਜਿਹੜੇ ਪੱਤੇ ਤੇ ਹੁਣ ਤਾਂ ਕਿਤਾਬ ਨੇ ਪੰਜਾਬ ਦੇ ਵਿੱਚ ਵੀ ਜਦੋਂ ਪੰਜਾਬੀ ਸੂਬਾ ਬਣਿਆ ਇਹ ਬੜੀ ਜਦੋਜਹਿਦ ਨਾਲ ਬਣਿਆ ਲੱਖਾਂ ਕੁਰਬਾਨੀਆਂ ਦਿੱਤੀਆਂ ਤੇ ਸਿੱਖਾਂ ਨੇ ਖਾਸ ਕਰਕੇ ਸਿੱਖ ਮੂਰੇ ਲੱਗੇ ਬਸੀ ਆਰਗਾ ਸਮਾਜੀਆਂ ਨੇ ਪੈਰ ਪੈਰ ਤੇ ਡਿੱਕੇ ਪਏ ਨੇ ਉਹ ਜੇ ਪੰਜਾਬੀ ਸੂਬਾ 166 ਚ ਲੰਗੜਾ ਲੂਲਾ ਬਣਾ ਵੀ ਦਿੱਤਾ ਤਾਂ ਇਹਦੇ ਹੁਣ ਤੱਕ ਜਿਹੜੀ ਸਰਕਾਰੀ ਭਾਸ਼ਾ ਜਦੋਂ ਲਖਮਣ ਸਿੰਘ ਮੁੱਖ ਮੰਤਰੀ ਬਣਿਆ ਉਹਨਾਂ ਨੇ ਕਹਦੇ ਵੀ ਪੰਜਾਬ ਦੀ ਜਿਹੜੀ ਸਰਕਾਰੀ ਆਫੀਸ਼ੀਅਲ ਲੈਂਗੁਏਜ ਹੋਊਗੀ ਉਹ ਪੰਜਾਬੀ ਹੋਊਗੀ ਪਰ ਅੱਜ ਤੱਕ ਵੀ ਪੰਜਾਬੀ ਲਾਗੂ ਨਹੀਂ ਹੋਈ ਨਾ ਦਫ਼ਤਰਾਂ 'ਚ ਸਰਕਾਰੀ 'ਚ ਹੋਈ ਸਾਰਾ ਕੰਮ ਅੰਗਰੇਜ਼ੀ ਚੱਲ ਰਿਹਾ ਹੈ ਪੰਜਾਬੀ ਨਾਲ ਬਹੁਤ ਵੱਡਾ ਬਦਕਰਾ ਹੋ ਰਿਹਾ ਤੇ ਲਗਾਤਾਰ ਹਿੰਦੀ ਦਾ ਗਲਬਾ ਵਧ ਰਿਹਾ ਸਰਜੀਤ ਪਾਤਰ ਦੀ ਵੀ ਇੱਕ ਕਵਤਾ ਗਈ ਵੀ ਜਿੱਥੇ ਪੰਜਾਬੀ ਬੋਲਣ ਤੇ ਉਹ ਸਕੂਲ ਖੁੱਲ ਕੇ ਜਿੱਥੇ ਬੱਚਾ ਨੂੰ ਜੁਰਮਾਨਾ ਜੁਰਮਾਨੇ ਮਕਰਰ ਨਹੀਂ ਹਾਂਜੀ ਜੁਰਮਾਨੇ ਮਕਰਰ ਨੇ ਇਹ ਸਾਰਾ ਕੁਝ ਕੀਆ ਅੰਗਰੇਜ਼ੀ ਸਕੂਲ ਆ ਕੇ ਹਿੰਦੀ ਆ ਕੇ ਹਮ ਤੋਂ ਤੁਮ ਕੋ ਆ ਗਈ ਜਿਹਦੇ ਨਾਲ ਪੰਜਾਬੀ ਲਗਾਤਾਰ ਕਿਨਾਰੇ ਤੇ ਧੱਕੀ ਗਈ ਜਦੋਂ ਇਹਦਾ ਇਤਿਹਾਸ ਦੇਖੋਗੇ ਤੁਸੀਂ 1990 ਤੋਂ ਬਾਅਦ ਦੇਖੋ ਨਹੀਂ ਨਹੀਂ ਮੈਂ ਉੱਥੇ ਫਿਰ ਬਿਲਕੁਲ ਠੀਕ ਹੈ ਤੁਹਾਡੀ ਜਿਹੜਾ ਰੋਸ ਸੀ ਤੁਸੀਂ ਉਹ ਰੋਸ ਦੇ ਪਿੱਛੇ ਨਾ ਥੋੜਾ ਜਿਹਾ ਇੱਕ ਘਰ ਉਹਦੇ ਤਹਿ ਥੱਲੇ ਘਰ ਸੀ ਨਾ ਉਸ ਚੇਤਨਪੁੱਤ ਲੋਕ ਇਕੱਠੇ ਹੋ ਸੀ ਆਮ ਤੈਨ ਸੀ ਆਮ ਦਾ ਨੇ ਫੈਨ ਸੀ ਜਿਨ੍ਹਾਂ ਦੇ ਪੋਲੀਟਿਕਲ ਕੋਈ ਸਮਝ ਨਹੀਂ ਸੀ ਤੁਹਾਡਾ ਚੜਾਪ ਵੀ ਹੋਈ ਉੱਥੇ ਫੈਨ ਨਾ ਚੜਾਪ ਤੋਂ ਦੱਸਦਾ ਨਾ ਵੀ ਉੱਥੇ ਕੀ ਸੀ ਵੀ ਜਿਹੜਾ ਪੰਜਾਬ ਦੇ ਵਿੱਚ ਕੀ ਆ ਵੀ ਪੰਜਾਬ ਦੇ ਵਿੱਚ ਲਗਾਤਾਰ ਹਿੰਦੀ ਦੇ ਅਖਬਾਰ ਆਉਂਦੇ ਬਾਹਰੋਂ ਅਮਰ ਜੋ ਅੱਲਾਹ ਹੁੰਦਾ ਦੈਨਿਕ ਭਾਸਕਰ ਆਉਂਦਾ ਦੈਰਕ ਜਾਗਰਨ ਆਉਂਦਾ ਉਹ ਲਗਾਤਾਰ ਇੰਨੇ ਸਸਤੇ ਨੇ ਵੀ ਜੋ ਪੰਜਾਬੀ ਦੇ ਅਖਬਾਰ ਨਿਕਲਦਾ ਜੀਤ ਨਿਕਲਦਾ ਪੰਜਾਬੀ ਟ੍ਰਿਬਿਊਨ ਨਿਕਲਦਾ ਨਵਾਂ ਜਮਾਨਾ ਨਿਕਲਦਾ ਦੇਸ਼ ਸਹਿਯੋਗ ਨਿਕਲਦਾ ਸਪੋਕਸਮੈਨ ਨਿਕਲਦਾ ਉਹ ਅੱਜ ਮਰਨ ਕਿਨਾਰੇ ਆ ਹੂੰ ਇਹ ਜਿਹੜੀ ਸਰਕਾਰ ਆ ਕੇਂਦਰੀ ਸਿਆਸਤ ਆ ਉਹ ਪੰਜਾਬ ਨੂੰ ਲਗਾਤਾਰ ਦੋ ਪਾਸੀ ਸੂਬਾ ਬਣਾਉਣ ਤੇ ਜ਼ੋਰ ਆ ਕਿ ਪੰਜਾਬੀ ਪਾਸੇ ਧੱਕ ਕੇ ਇਹਨੂੰ ਹਿੰਦੀ ਦਾ ਉਹ ਕਰਦੇ ਗੱਲਬਾ ਬਣਾ ਦੋ ਤੇ ਤੁਹਾਨੂੰ ਪਤਾ ਵੀ ਪੰਜਾਬ ਦੀ ਰਾਜਤਾ ਨਿਵੇਂ ਦੇ ਕੋਲ ਹੈ ਨ ਉਹ ਵੀ ਖੋਹੀ ਹੋਈ ਆ ਪੰਜਾਬੀ ਸੂਬਾ ਬਣਾਉਣ ਮੱਕੇ ਨੂੰ ਜੂਟੀ ਬਣਾਤਾ ਜਿਹੜੇ ਕਿ ਪੰਜਾਬੀ ਦੇ ਪਿੰਡੋ ਜੜ ਕੇ ਬਣਾਈ ਗਈ ਆ ਸੋ ਇਹ ਜਿਹੜੇ ਪੰਜਾਬੀ ਦੇ ਇਹ ਮਸਲੇ ਨੂੰ ਸਮਝਣ ਵਾਲੇ ਲੋਕ ਸੀ ਚੇਤਨ ਬੁੱਧ ਲੋਕ ਉੱਥੇ ਇਕੱਠੇ ਹੋਏ ਨੇ ਉਹਦੇ ਨਾਲ ਸਧਾਰਨ ਸਪੋਰਟਰ ਵੀ ਹੁੰਦੇ ਨੇ ਜਿਹੜੇ ਗੱਲ ਸਮਝਦੇ ਸੀ ਵੀ ਉਹ ਆ ਉਹਨਾਂ ਲੋਕਾਂ ਦੇ ਉਸ ਦਿਨ ਚ ਮੈਂ ਵੀ ਸ਼ਾਮਲ ਸੀ ਉਹਨਾਂ ਨੇ ਉਸ ਸਾਥ ਮੇ ਮੁਜਾਰੇ ਦੀ ਰੋਸ਼ਨੀ ਦੀ ਅਗਵਾਈ ਕੀਤੀ ਆ ਉਹਨਾਂ ਕੋਲ ਫੱਟੀਆਂ ਸਿੰਘਾਂ ਲਿਖੀਆਂ ਹੋਈਆਂ ਵੀ ਮਾਂ ਬੋਲੀ ਦਾ ਅਗਦਾਰ ਜਾਇਦਾ ਕੋ ਹੋਏਗਾ ਵੀ ਇਹਦੀ ਵਾਪਸ ਲਵੇ ਬਿਆਨ ਇਸ ਤਰ੍ਹਾਂ ਤੇ ਉਹ ਚਲੋ ਰੌਲਾ ਗੋਲਾ ਵੀ ਹੁੰਦਾ ਇਹ ਦਾ ਉਹ ਮੈਨ ਗੇਟ ਤੇ ਸੀਗਾ ਤੇ ਇਹਨੂੰ ਪਿਛਲੇ ਗੇਟ ਵੱਲੋਂ ਜਿਹੜੇ ਉਹਦੇ ਮਤਲਬ ਬਲਾਉਣ ਵਾਲੇ ਸੀਗੇ ਉਹਨਾਂ ਨੇ ਪਿਛਲੇ ਗੇਟ ਅੰਦਰਵਾੜ ਤਾਂ ਅੰਦਰਵਾੜ ਤਾਂ ਉੱਥੇ ਲੋਕਾਂ ਨੇ ਰੋਸ ਬਜੋ ਜਦੋਂ ਨੂੰ ਪਤਾ ਲੱਗਿਆ ਵੀ ਮਾਮਲਾ ਕੀ ਆ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਟਿਕਟਾਂ ਵੀ ਪਾੜੀਆਂ ਉੱਥੇ ਮੁੰਡਿਆਂ ਨੇ ਐਲਾਨ ਕਰਤਾ ਵੀ ਜਿੰਨੇ ਤੁਹਾਡੀ ਇਹ ਟਿਕਟ ਤੇ ਪੈਸੇ ਖਰਚ ਹੋਏ ਨੇ ਤੁਸੀਂ ਪਾੜ ਦਿਓ ਟਿਕਟ ਤੇ ਸਾਡੇ ਕੋਲੋਂ ਪੈਸੇ ਲੈ ਜਾਓ ਤੇ ਇਹ ਬਹੁਤ ਵੱਡੀ ਗੱਲ ਸੀ ਵੀ ਮੁੰਡਿਆਂ ਨੇ ਹਜ਼ਾਰਾਂ ਡਾਲਰ ਉੱਥੇ ਜਿਹੜੇ ਇਕੱਠੇ ਹੋਏ ਸੀ ਰੋਸ ਪ੍ਰਦਰਸ਼ਨ ਬਜੋ ਔਰਤਾਂ ਨੇ ਵੀ ਟਿਕਟਾਂ ਪਾੜੀਆਂ 50 50 ਦਾ 100 100 ਡਾਲਰ ਦੀ ਸਾਈਜ਼ ਟਿਕਟ ਸੀਗੀ ਤੇ ਉਹਨਾਂ ਨੇ ਹਜ਼ਾਰਾਂ ਡਾਲਰ ਉਹਨੂੰ ਵਾਪਸ ਵੀ ਕੀਤੇ ਵੀ ਆ ਫਟ ਡਾਲਰ ਤੇ ਟਿਕਟ ਸਾਨੂੰ ਫੜਾ ਦੋ ਇਹ ਇੰਨੀ ਜਦੋਂ ਭਾਵਨਾ ਹੁੰਦੀ ਹੈ ਨਾ ਕਿਸੇ ਗੱਲ ਦੇ ਵਿੱਚ ਤੇ ਚਲੋ ਉੱਥੇ ਇੱਕ ਨੌਜਵਨ ਚਰਨਜੀਤ ਸੁਝੋ ਸੀ ਉੱਥੇ ਬਣੀ ਗੱਲ ਜਾਂ ਕੁਝ ਮੁੰਡਿਆਂ ਨੇ ਆਪਣਾ ਵਿਚਾਰ ਬਟੰਦ ਰੱਖ ਕੀਤਾ ਕਿ ਟਿਕਟਾਂ ਪਾੜਨ ਦਾ ਫਾਇਦਾ ਨਹੀਂ ਉਹ ਤਾਂ ਉਹ ਹੁਣ ਪਿਛਲੇ ਬੈਕ ਗੇਟ ਰਾਹੀਂ ਆਪਣੇ ਮਾਰਸਲ ਲਾ ਕੇ ਜਾਂ ਉੱਥੇ ਸਕਿਉਰਟੀ ਵਾਲੇ ਜਾਂ ਬੌਂਸਰ ਲਾ ਕੇ ਹੁਣ ਲੈ ਕੇ ਨੇ ਅੰਦਰ ਜਾਂ ਉਹਦੇ ਤੱਕ ਤਾਂ ਸਾਡੀ ਕੋਈ ਗੱਲ ਜਾਣੀ ਨਹੀਂ ਆਪਣੇ ਗੱਲ ਤਾਂ ਪਹਚਾਓ ਨਾ ਜੇ ਹੁਣ ਆਪਣੀ ਗੱਲ ਤਾਂ ਬਾਹਰ ਖੜੇ ਦੋ ਤਾਂ ਪਤਾ ਹੀ ਨਹੀਂ ਲੱਗਣਾ ਕੋਈ ਛੋਟਾ ਮੋਟਾ ਕਿਸਾਤ ਵਿੱਚ ਰੋਸਤਾ ਕੀਤਾ ਜਾਵੇ ਨਾ ਔਰ ਉਸ ਪ੍ਰਦਰਸ਼ਨ ਹੋਵੇ ਉਹਨੂੰ ਸੋਚਣ ਦਾ ਮੌਕਾ ਮਿਲੇ ਜਾਂ ਕੋਈ ਗੱਲ ਕਰਕੇ ਜਾਂ ਉਹ ਟੇਬਲ ਤੇ ਭਰਾਵਾਂ ਵਾਂਗੂ ਬੈਠ ਕੇ ਕੋਈ ਗੱਲ ਕਰਨ ਦਾ ਠੀਕ ਹੈ ਫਿਰ ਕੀ ਹੋਇਆ ਸਭ ਬਣੇ ਤਾਂ ਉੱਥੋਂ ਕੁਝ ਮੁੰਡੇ ਅੰਦਰ ਚਲੇ ਗਏ ਟਿਕਟਾਂ ਦਿਖਾ ਕੇ ਉਹ ਆਪਣੇ ਕੋਲ ਸੋਨ A4 ਸਾਈਜ਼ ਦੇ ਏਡੇ ਕਾਗਜ਼ ਉਹ ਲਿਖ ਕੇ ਲੈ ਗਏ ਉਹ ਤੇ ਉਸ ਲੋਕਨ ਬਾਰੇ ਕੋਈ ਕੋਈ ਗਾਲਾਂ ਨਹੀਂ ਗਾ ਜਾਂ ਕੋਈ ਮਹਾਬਲੀ ਦਾ ਗਦਾਰ ਜਾਂ ਗਰਦਾਸਮਨ ਮਰਦਾ ਬਾਰੇ ਹੈਲੀਕਾਪਟਰ ਲੈ ਕੇ ਹੁਣ ਲਿਖ ਕੇ ਪੰਜਾਬੀ ਚ ਤੇ ਉਹ ਤਾਂ ਹੈ ਨੀ ਵੀ ਸ਼ੋਅ ਦੇ ਜਾਂ ਸਟੇਜ ਦੇ ਨੇੜੇ ਐਸਟੇ ਤੋ ਦੂਰ ਸੀਗੇ ਉਹ ਚਲੇ ਗਏ ਇਹਦਾ ਸਿਟੇ ਸੋ ਚਲ ਰਿਹਾ ਜਦੋਂ ਕੋਈ ਘੰਟਾ ਜਾਂ ਅੱਧਾ ਘੰਟਾ ਚੱਲਿਆ ਤਾਂ ਉੱਥੇ ਇੱਕ ਨੌਜਨ ਨਵੇਂ ਸ਼ਹਿਰ ਕੋਲ ਸੁਝੋਂ ਪਿੰਡ ਹੈ ਲੇਖਕ ਵੀ ਆ ਉਹ ਉਹਨੇ ਇੱਕ ਮੌਤ ਦਾ ਰੇਗਿਸਤਾਨਾਂ ਦੀ ਕਿਤਾਬ ਵੀ ਲਿਖੀ ਹੈ ਵੀ ਜਿਹੜੇ ਬੱਚੇ ਬਾਹਰ ਜਾਂਦੇ ਆ ਕੀ ਵਾਪਰਦਾ ਉਹਨਾਂ ਚ ਉਹ ਵੀ ਇਸ ਲੋਕ ਚਲਦਾ ਹੋਇਆ ਸ਼ਾਇਦ ਉੱਥੇ ਪਹੁੰਚਿਆ ਕੈਨੇਡਾ ਉਹਨੇ ਆਪਣਾ ਰੋਸ ਪ੍ਰਗਟ ਕਰਨ ਦੀ ਖਾਤਰ ਉਹ ਇਹਨੂੰ ਦਿਖਾਤਾ 에ਰਪੋਰਟ ਦਾ ਕਾਗਜ਼ਾ ਛੋਟਾ ਜਾ ਉੱਥੇ ਕੁਝ ਉਹਨੇ ਲਿਖਿਆ ਸੀ ਗੁਰਦਾਸ ਮਨ ਮੁਰਦਾਬਾਦ ਜਾਂ ਮਾਂ ਬੋਲੀ ਦਾ ਗਦਾਰ ਇਹਨੇ ਝੱਟ ਦੇ ਕੇ ਉਦੇ ਨਜ਼ਰ ਪਈ ਤੇ ਨਜ਼ਰ ਪੈ ਕੇ ਉਹਨਾਂ ਸਾਜਣਾਂ ਕੋਈ ਰੁਕ ਹੋਈ ਰੁਕ ਉਹਨੂੰ ਮਤਲਬ ਸੰਬੋਧਨ ਹੋ ਕੇ ਕਿਹਾ ਉਹਨੇ ਮੈਂ ਇੱਕ ਤਾਂ ਹੱਥ ਅੱਸੀਸ਼ ਦੇ ਕੇ ਆਈ ਰਿਹਾ ਸੀਗਾ ਵੀ ਜਿਹੜਾ ਇਹ ਕਾਗਜ਼ ਇਹਨਾਂ ਨੂੰ ਬੱਤੀ ਬਣਾਕ ਤਾ ਆਪਣੇ ਬੜਾ ਸ਼ਨੀਲ ਸਾਹਿਬ ਦਾ ਵੀ ਤੂੰ ਬੱਤੀ ਬਣਾ ਕੇ ਲੈ ਲੈ ਇਹਨੂੰ ਹੂੰ ਉੱਥੇ ਦੀ ਗੱਲ ਦੀ ਹੂਟਿੰਗ ਹੋ ਗਈ ਕੁਛ ਨੇ ਬਰੋਚ ਹੂਟਿੰਗ ਕੀਤੀ ਕੁਛ ਨੇ ਵੈਸੀ ਜਿਵੇਂ ਮਿੱਠੀ ਕਰ ਹੂਟਿੰਗ ਕਰਦੀ ਹੁੰਦੀ ਉਹ ਹੋ ਗਈ ਉਹ ਸੋ ਕੁ ਸਮੇਂ ਲਈ ਅਸਤਵਸਤ ਹੋਇਆ ਇਹ ਬੇਚੈਨ ਵੀ ਹੋ ਗਿਆ ਪਿੱਛੇ ਚੱਲਿਆ ਗਿਆ ਜਿਹੜਾ ਵੀਡੀਓ ਤੁਸੀਂ ਅਸੀਂ ਦੇਖ ਰਹੇ ਆਂ ਸ਼ੋਦੀ ਜਾਂ ਉਹ ਲਾਈਵ ਚੱਲ ਵੀ ਰਿਹਾ ਸੀ ਚੈਨਲਾਂ 'ਤੇ ਤੇ ਉਹਦੇ ਵਿੱਚੋਂ ਉਹ ਜਿਹੜੇ ਮਾਰਸਲਾ ਜਾਂ ਉੱਥੇ ਬੌਂਸਰ ਸੀ ਉਹਨਾਂ ਨੇ ਭੱਜ ਕੇ ਆਏ ਉਹ ਜਿਹੜੇ ਦੋ ਚਾਰ ਮੁੰਡਿਆਂ ਦੀ ਟੋਲੀ ਰੌਲਾ ਪਾਉਣ ਲੱਗੀ ਇਹਨਾਂ ਗਲਤਾਂ ਉਹਨਾਂ ਨੂੰ ਵਾਰ ਕੱਟ ਕੇ ਲੈ ਗਏ ਅੱਛਾ ਸੋ ਫਿਰ ਉਹ ਚੱਲਦਾ ਰਿਹਾ ਅੱਛਾ ਜਦੋਂ ਉਹ ਮਤਲਬ ਜਦੋਂ ਬਾਹਰ ਲਿਆਏ ਫਿਰ ਤੁਹਾਡੀ ਗੱਲ ਹੋਈ ਉਹਨਾਂ ਨਾਲ ਇਹ ਗੱਲ ਤਾਂ ਹੁਣ ਹੀ ਸੀਗੀ ਵੀ ਜਦੋਂ ਹੁਣ ਗੱਲ ਹੋਈ ਚਲੋ ਨੇ ਆਪਣਾ ਰੋਸ ਪ੍ਰਗਟ ਕਰਨਾ ਚੋ ਪ੍ਰਗਟ ਕਰਿਆ ਪਰ ਇਹਦੇ ਵੱਲੋਂ ਜਿਹੜੀ ਮਤਲਬ ਭੱਦੀ ਸ਼ਬਦਾਵਲੀ ਵਰਤੀ ਗਈ ਅਪਸ਼ਬਦ ਵਰਤੇ ਗਏ ਜਿਵੇਂ ਹੁਣ ਇਹ ਪਕੀਰ ਦੇ ਤੌਰ ਤੇ ਪੇਸ਼ ਜਿਵੇਂ ਨਿਰਮਾਣ ਆ ਜਾਂ ਹੋਂ ਰਾ ਉਹ ਨਿਰਮਾਣ ਤਾਂ ਇੱਕਦਮ ਜਦੋਂ ਦੀ ਫਤੂਰ ਹੋ ਗਈ ਤੇ ਉਹਦੇ ਨਾਲ ਫਿਰ ਜਿਹੜੀ ਪੰਜਾਬੀ ਪਿਆਰੇ ਸੀ ਜਾਂ ਜਿਹੜੀ ਪੰਜਾਬੀ ਕਮਿਊਨਿਟੀ ਸੀ ਪਹਿਲਾਂ ਨੂੰ ਅਹਿਸਾਸ ਨਹੀਂ ਹੋਇਆ ਭਾਵੇਂ ਅੰਦਰ ਸੋਚ ਬੈਠਿਆਂ ਨੂੰ ਪਰ ਬਾਅਦ ਚ ਜਿਹੜੇ ਆਪਣੇ ਬੱਚਾ ਨੂੰ ਨਾਲ ਲੈ ਕੇ ਗਏ ਨੇ ਜਿੰਨੇ ਧੀਆਂ ਬਰਾਬਰ ਬੈਠੀਆਂ ਸੀਗਾ ਪੜਾਣਾ ਬਰਾਬਰ ਬੈਠੀਆਂ ਸੀ ਪਰਿਵਾਰ ਬੈਠੇ ਸੀ ਉਹਨਾਂ ਨੂੰ ਇਹ ਮਹਿਸੂਸ ਹੋਈ ਗੱਲ ਵੀ ਤੇ ਦੀ ਫੂਹਰ ਤੇ ਲੱਚਰ ਗੱਲ ਐਡੇ ਕਲਾਕਾਰ ਦੇ ਮੂੰਹੋਂ ਇਹ ਜਦੋਂ ਸਾਡੇ ਧੀਆਂ ਪੜਾਣਾ ਬੈਠੀਆਂ ਆ ਚਾਹੇ ਕੁਝ ਵੀ ਸੀ ਇਹਨੂੰ ਇਗਨੋਰ ਕਰ ਦੇਣੀ ਚਾਹੀਦੀ ਸੀ ਤਾਂ ਨਹੀਂ ਸੀ ਕਿ ਉਹਨਾਂ ਦੇ ਚ ਇੱਕ ਰੋਸ਼ ਦੀ ਇੱਕ ਤਰੰਗ ਪੈਦਾ ਹੋ ਗਈ ਬਸ ਉਹ ਰੋਸ਼ ਨੇ ਇੱਕ ਮੂਵਮੈਂਟ ਦਾ ਰੂਪ ਧਾਰਨ ਕਰ ਲਿਆ ਉਹ ਫਿਰਦਾ ਉਦੋਂ ਆ ਐਡਮੈਂਟਰਨ ਸ਼ੋ ਸੀ ਉਹ ਐਡਮੈਂਟਰਨ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀਡੀਓ ਬਾਇਰਲ ਹੋ ਗਈ ਤੜਾ ਤੜ ਹੋਣ ਲੱਗ ਗਈ ਰੋਸ਼ ਵਜੋਂ ਫਿਰ ਇਹ ਟ੍ਰਾਂਟੋ ਵੀ ਸੀ ਫਿਰ ਅਸੀਂ ਇੱਕ ਸਾਰੇ ਪੰਜਾਬੀ ਪ੍ਰੇਮੀਆਂ ਨੇ ਇਕੱਠੇ ਹੋ ਕੇ ਸਾਰੇ ਦੇਬ ਸ਼ਾਇਦ ਤਾਜ ਤਾਜ ਬੁੱਕਟ ਹਾਲ ਜੇ ਉਹਦਾ ਕੋਈ ਨਾ ਹੋਰ ਹੋ ਸਕਦਾ ਉੱਥੇ ਕਬੱਡੀ ਕਾਨਫਰੰਸ ਕੀਤੀ ਜਾਂ ਕਹੋ ਇੱਕ ਇਕੱਠ ਕੀਤਾ ਜਿੱਚੇ ਲੇਡੀਜ਼ ਬਹੁਤ ਆਈਆਂ ਬੱਚੇ ਆਏ ਉੱਥੇ ਵੱਖ-ਵੱਖ ਲੋਾਰੇ ਬੋਲੇ ਪੱਤਰਕਾਰ ਆਏ ਲੇਖਕ ਆਏ ਪੰਜਾਬੀ ਪ੍ਰੇਮੀ ਆਏ ਜਿਨ੍ਹਾਂ ਨੇ ਇਸ ਗੱਲ ਦਾ ਵਿਰੋਧ ਪ੍ਰਦਰਸ਼ਨ ਕੀਤਾ ਵੀ ਗੁਰਦਾਸ ਮਾਨ ਨੇ ਆਪਣੀ ਜਿਹੜੀ ਪੋਜੀਸ਼ਨ ਆ ਉਹ ਤੇ ਰਿਵਿਊ ਕਰਨ ਦੀ ਥਾਂ ਤੇ ਜਾਂ ਕੋਈ ਸਿੱਖਣ ਸਿਖਾਉਣ ਦੇ ਢੰਗ ਨਾਲ ਇੱਕ ਟੇਬਲ ਤੇ ਬੈਠਣ ਦੀ ਬਜਾਏ ਆ ਗਾਲ ਕੱਢੀ ਆ ਜਿਹੜਾ ਕੋਈ ਮੰਨ ਲਾ ਰੋਸ਼ ਪ੍ਰਗਟ ਕਰ ਰਿਹਾ ਉਹ ਰੋਜ਼ ਦਾ ਕਮੈਂਟ ਦਾ ਸੋ ਬੌਂਸਰ ਖੜੇ ਉਹਨਾਂ ਨੇ ਉਹਨੂੰ ਲਈ ਜਾਣਾ ਸੀ ਫੜ ਕੇ ਬੈਸੀ ਕੱਲੀ ਇਹਨੂੰ ਸ਼ੋਰ ਰੋਕਣ ਦੀ ਲੋੜ ਵੀ ਨਹੀਂ ਸੀ ਪੈਣੀ ਜੇ ਇਗਨੋਰ ਕਰ ਦਿੰਦਾ ਤਾਂ ਵੀ ਕੋਈ ਗੱਲ ਨਹੀਂ ਸੀ ਕਿਉਂਕਿ ਉਹ ਸ਼ੋਰ ਚ ਕੋਈ ਵੀ ਖਲਲ ਕਰਦਾ ਹੋਰ ਉਹ ਸ਼ਰਾਬੀ ਕੁਆਬੀ ਉਹਨੂੰ ਵੀ ਤਾਂ ਲੈ ਜਾਂਦੇ ਨੇ ਫੜ ਕੇ ਸ਼ੋਅਾਂ ਦੇ ਵਿੱਚ ਇਦਾਂ ਦਾ ਜਿਹੜਾ ਹੈਗਾ ਵੱਡੇ ਸ਼ੋਅ ਚ ਤੁਸੀਂ ਦੇਖੋਗੇ ਉਹਨਾਂ ਵਿੱਚ ਇੰਨਾ ਰੌਲਾ ਮੰਗੋਲਾ ਤਾਂ ਮਾੜਾ ਮੋਟਾ ਚੱਲਦਾ ਰਹਿੰਦਾ ਹੁੰਦਾ ਸਾਰੇ ਚਾਹੁੰਦੇ ਹਨ ਵੀ ਇਹਨਾਂ ਦਾ ਕੋਈ ਨੂੰ ਪਤਾ ਹੀ ਹੁੰਦਾ ਵੀ ਇਹਦਾ ਮੰਢੀਰ ਕੋਈ ਨਾ ਕੋਈ ਰੌਲਾ ਗੋਲਾ ਕਰਦੇ ਸ਼ਰਾਬੀ ਕੁਆਬੀ ਕੋਈ ਬੋਲਦਾ ਕੁਸ਼ਟਜ ਬਲ ਵੱਧ ਰਿਹਾ ਕੋਈ ਹੋਰ ਕਰ ਰਿਹਾ ਉਹ ਮ ਉਹ ਜਣਾ ਦੀ ਟੋਲ ਤੇ ਸਾਰੇ ਪੰਜਾਬੀ ਪ੍ਰੇਮੀਆਂ ਨੇ ਮਹਿਸੂਸ ਕੀਤਾ ਤੇ ਉਸ ਬੈਂਕਟ ਹਾਲ ਦੇ ਵਿੱਚ ਸਾਰੇ ਬਲਾਰਾ ਨੇ ਇੱਕਿਆ ਮੈਂ ਵੀ ਉਹਦੇ ਵਿੱਚ ਬੋਲਿਆ ਮੈਂ ਵੀ ਉਹਨੂੰ ਗੱਲ ਕਹੀਏ ਵੀ ਇਹ ਨੂੰ ਮੱਲ ਬੈਠ ਕੇ ਸਾਡੇ ਨਾਲ ਡਿਬੇਟ ਕਰਨੀ ਚਾਹੀਦੀ ਆ ਆਓ ਜাঁ ਉਹਦੇ ਜਿਹੜੇ ਮੱਲਬ ਸਲਾਹਕਾਰ ਨੇ ਜাঁ ਉਹਦੇ ਹੋਰ ਮਿੱਤਰ ਨੇ ਜাঁ ਉਹਦੇ ਫੈਨ ਆ ਲੈਂਗੁਜ ਦੇ ਮਸਲੇ ਤੇ ਭਾਸ਼ਾ ਬਾਰੇ ਮਸਲੇ ਤੇ ਇੱਕ ਦੇਸ਼ ਇੱਕ ਬੋਲੀ ਜਾਇ 137 ਤੋਂ ਬਵਾਦਤ ਮਸਲਾ ਕੀ ਆ ਪੰਜਾਬ ਦੇ ਵਿੱਚ ਪੰਜਾਬੀ ਨੂੰ ਗੁੱਠੇ ਲਾਉਣ ਲਈ ਵਾਰ-ਵਾਰ ਯਤਨ ਆ ਰਹੀਆ ਸਮਾਜ ਤੋਂ ਲੈ ਕੇ ਜਿਹੜੇ ਲਗਾਤਾਰ ਹੋ ਰਹੇ ਨੇ ਇੱਥੋਂ ਦੀ ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ ਜਿਹੜੀ ਖੱਬੇ ਪੱਕੀ ਕਾਮਰੇਡਾਂ ਦੀ ਆ ਕਹਿੰਦੇ ਹੀਰਾ ਸਿੰਘ ਦਰਦ ਹੋਣਾ ਤੋਂ ਲੈ ਕੇ ਉਹਨਾਂ ਨੇ ਪੰਜਾਬੀ ਨੂੰ ਹੱਕੀ ਸਥਾਨ ਦਵਾਉਣ ਦੀ ਖਾਤਰ ਜਿਸ ਵਿੱਚ ਪ੍ਰੋਫੈਸਰ ਪ੍ਰੀਤਮ ਸਿੰਘ ਪਟਿਆਲਾ ਨਾਬਲਕਾਰ ਜਗਤ ਸਿੰਘ ਕਮਲ ਪੱਤਰਕਾਰ ਜਗਦੀਸ਼ ਸਿੰਘ ਜੁਤਾਰ ਡਾਕਟਰ ਤੇਜਵੰਤ ਮਾਨ ਇੰਨਾ ਨੇ ਆਂ ਤੱਕ ਯਤਨ ਕੀਤੇ ਨੇ ਪੰਜਾਬੀ ਕਾਨਫਰੰਸਾਂ ਕਰਕੇ ਵੀ ਮਸਾ ਤੱਕ ਸਥਾਨ ਦਵਾਇਆ ਪੰਜਾਬੀ ਨੂੰ ਪੰਜਾਬ ਦੇ ਵਿੱਚ ਹੂੰ ਤੇ ਜਦੋਂ ਪੰਜਾਬ ਦੇ ਵਿੱਚ ਪਹਿਲਾਂ ਮਹਿਕਮਾ ਪੰਜਾਬੀ ਸੀ ਫਿਰ ਨੇ ਤੋੜ ਕੇ ਜਦੋਂ ਪੰਜਾਬੀ ਸੂਬਾ ਬਣਿਆ ਫਿਰ ਉਹਦਾ ਭਾਸ਼ਾ ਭਾਗ ਹਿੰਦੀ ਵਾਲਾ ਨਾਂ ਰੱਖਤਾ ਹੂੰ ਤੇ ਜਿਹੜਾ ਪੰਜਾਬੀ ਦੀ ਖਾਤਰ 5 ਲੱਖ ਦਾ ਕਵਾੜ ਸ਼ੁਰੂ ਕੀਤਾ ਸੀ ਪੰਜਾਬੀ ਸ਼੍ਰੋਮਣੀ ਸਹਿਯਦਕਰ ਤੇ ਨਾਲ ਇੱਕ ਫਾਨਾ ਜੜਾਤਾ ਵੀ ਪੰਜਾਬ ਦੇ ਹਿੰਦੀ ਲੇਖਕ ਨੂੰ ਵੀ 5 ਲੱਖ ਦਿੱਤਾ ਜਾਉ ਤੇ ਤੁਸੀਂ ਕੋ ਹੋਰ ਹੈਰਾਨੀ ਦੇਣ ਗੱਲ ਆ ਕੀ ਸੰਸਕ੍ਰਿਤ ਪੰਜਾਬ ਚ ਬੋਲੀ ਜਾਂਦੀ ਹੈ ਜਾਂ ਲਿਖ ਨਹੀਂ ਨਾ ਪਾਸ਼ਾ ਪਾਕ ਸੰਸਕਰਤ ਦੇ ਲੇਖ ਨੂੰ ਵੀ 5 ਲੱਖ ਦਿੰਦਾ ਅੱਛਾ ਇਹ ਧੱਕੇਸ਼ਾਹੀ ਦੇਖੋ ਠੀਕ ਵੀ ਧੱਕੇਸ਼ਾਹੀ ਤਾਂ ਇਹ ਹੋ ਰਹੀ ਹੈ ਵੀ ਹਿੰਦੀ ਵਾਲਾ ਤੇ ਇੱਕ ਸੰਸਕਰਤ ਵਾਲਾ ਵੀ ਉਹਨੂੰ ਵੀ ਨਾਲ ਝਮੇੜਦਾ ਪੰਜਾਬੀ ਨੂੰ ਪ੍ਰਮੋਟ ਨਹੀਂ ਦਿੰਦਾ ਵੀ ਜੇ ਪੰਜਾਬੀ ਆ ਉੱਥੇ ਪਰ ਕਿਸੇ ਨੇ ਇਹਦਾ ਰਿਸਪੌਂਡ ਨਹੀਂ ਕੀਤਾ ਫਿਰ ਮੈਂ ਇੱਕ ਉੱਚ ਵਿਰੇ ਸਿਧਾਂਤਕ ਤੌਰ ਤੇ ਆਰਟੀਕਲ ਲਿਖਿਆ ਗੁਰਦਾਸ ਮਾਨ ਦਾ ਵਿਵਾਦ ਠੋਸ ਤੱਥਾਂ ਦੀ ਰੋਸ਼ਨੀ ਵਿੱਚ ਮਾਂ ਬੋਲੀ ਦਾ ਮਸਲਾ ਕੀ ਹੈ ਇਹ ਲਿੰਕ ਪਸ ਦਾ ਮਸਲਾ ਕੀ ਆ সেন্টਰਲ ਆਈਡੀਆ ਕੀ ਆ সেন্টਰਲ ਆਈਡੀਆ ਦੇ ਇਹੀ ਸੀ ਵੀ ਜਿਹੜਾ ਇਹ ਲਿੰਕ ਪਸ ਦਾ ਮਸਲਾ ਬੜਾ ਉਲਝਾ ਹੋਇਆ 47 ਤੋਂ ਲੈ ਕੇ ਤੇ ਪੰਜਾਬ ਦੇ ਵਿੱਚ ਬਿਲਕੁਲ ਪੰਜਾਬੀ ਬੋਲੀ ਮੰਨ ਲੈ ਬਣਾਉਣ ਦਾ ਇੱਥੇ ਰੀਜਨਲ ਖੇਤਰ ਖੇਤਰੀ ਪਛਾਣਾਂ ਤਿੰਨ ਰੀਜਨਾਂ ਚ ਵੰਡਣ ਦੀ ਗੱਲ ਵੀ ਚੱਲੀ ਇੱਥੇ ਕਮਿਸ਼ਨ ਬਣੇ ਅਜਿਹਾ 70 ਲੈਂਗੁਏਜ ਦੀ ਰੀਆਰਗੇਸ਼ਨ ਹਾਂ 70 ਫਾਰਮੂਲਾ ਵੀ ਆਇਆ ਤੇ ਬਹੁਤ ਮੁਸ਼ਕਲਾਂ ਨਾਲ ਪੰਜਾਬ ਦੀ ਬੋਲੀ ਪੰਜਾਬੀ ਬੜਾਈ ਗਈ ਆ ਉਹਦੇ ਪਿੱਛੇ ਹਜ਼ਾਰਾਂ ਕੁਰਬਾਨੀਆਂ ਨੇ ਅੱਜ ਇਹਨੂੰ ਹਿੰਦੀ ਦੀ ਬਜਾਏ ਕਰਨ ਦੀ ਥਾਂ ਤੇ ਅਸੀਂ ਆਪਣੀ ਪੰਜਾਬੀ ਦਾ ਜਿਹੜੀ ਪਹਿਲੇ ਨਕਾਰੇ ਜਾ ਚੁੱਕੀ ਆ ਇਹਦਾ ਹੋਰ ਨੁਕਸਾਨ ਕਰ ਰਹੇ ਹੋਵਾਂਗੇ ਦੂਸਰੇ ਦੇਸ਼ ਦੀ ਗੱਲ ਵੀ ਹੋਈ ਵੀ ਜਦੋਂ ਸੂਬੇ ਬਣਾਏ ਗਏ ਉਦੋਂ ਵੀ ਨਹਿਰੂ ਤੇ ਪਟੇਲ ਹਰਾਂ ਨੇ ਵੀ ਜਿਹੜੇ ਕੁ ਸੂਬੇ ਸੀਗੇ ਉਹ ਬਣਾਏ ਨਹੀਂ ਸੀ ਜਿਹਦੇ ਵਿੱਚੋਂ ਮਦਰਾਸ ਪ੍ਰੈਜਿਨਸੀ ਤੋੜ ਤੋੜ ਕੇ ਬਾਅਦ ਵਿੱਚ ਅ ਔਰ ਮੁਲੂ ਸੀ ਮਿਸਟਰ ਆਂਧਰਾ ਦਾ ਉਹਨੂੰ ਮਰਨ ਬਰਤ ਰੱਖ ਕੇ ਵੀ ਮੌਤ ਹੋਈ ਉਹਨੇ ਮਤਲਬ ਫਿਰ ਆਂਧਰਾ ਪ੍ਰਦੇਸ਼ ਬਣਾਇਆ ਗਿਆ ਫਿਰ ਜਾ ਕੇ ਮਦਰਾਸ ਪ੍ਰੈਜਿਨਸੀ ਤੋੜ ਕੇ ਮਹਾਰਾਸ਼ਟਰ ਬਣਿਆ ਗੁਜਰਾਤ ਬਣਿਆ ਉਹਦੇ ਵਿੱਚੋਂ ਪਹਿਲਾਂ ਬਣਾਏ ਨਹੀਂ ਸੀਗੇ ਜੀ ਇਹਦੇ ਨਾਲ ਹੀ ਜਿਵੇਂ ਆਪਾਂ ਵੀ ਕਹਿੰਦੇ ਸਭ ਦਰਸ਼ਨ ਸਿੰਘ ਫੈਰੂਮਾਨ ਨੇ ਮਰਨ ਬਰਤ ਰੱਖ ਕੇ ਸ਼ਹੀਦ ਪਾਈ ਆਪ ਉਹ ਸਾਰੇ ਲੇਖ ਦੇ ਵਿੱਚ ਤੱਥ ਦਿੱਤੇ ਸੀ ਵੀ ਗੁਰਦਾਸ ਮਾਨ ਦੀ ਪੋਜੀਸ਼ਨ ਅਸਲੋਂ ਹੀ ਡਿਫੈਕਟਿਵ ਆ ਇਹ ਗਲਤ ਪੋਜੀਸ਼ਨ ਆ ਇਹ ਜਿਹੜੀ ਪੋਜੀਸ਼ਨ ਆ ਇਹ ਜਿਹੜਾ ਰਾਸ਼ਟਰਵਾਦ ਦਾ ਜਾਂ ਇੱਕ ਰਾਸ਼ਟਰ ਦਾ ਜਿਹੜਾ ਅੱਜ ਹੁਣ ਫੇਰ ਆ ਰਿਹਾ ਹੈਗਾ ਸਿਵਲ ਕੋਡ ਵੀ ਇੱਕ ਪਰਿਵਾਰ ਦੇ ਹੋਵੇ ਤਾਂ ਇੱਕ ਕਾਨੂੰਨ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਸਾਰਾ ਲਈ ਉਹ ਸਾਡੀਆਂ ਜਿਹੜੀਆਂ ਸੱਭਿਆਚਾਰਕ ਰਵਾਈਤਾਂ ਸਾਡੇ ਭਾਈਚਾਰਿਆਂ ਦੇ ਆਪਣੇ ਮੁੱਲ ਆ ਉਹਨੂੰ ਖਤਮ ਕਰਨ ਦਾ ਕਿ ਢੰਗ ਹੋ ਗਿਆ ਨਾ ਫਾਸੀਵਾਦ ਵੱਲ ਵੱਧ ਰਿਹਾ ਜਿਹੜਾ ਦੇਸ਼ ਜਿਹੜੀ ਕਿ ਇੱਕ ਹਿੰਦੂ ਰਾਸ਼ਟਰਵਾਦ ਵੱਲ ਵੱਧ ਰਿਹਾ ਉਦੋਂ ਅਸੀਂ ਮੈਂ ਕਹੀ ਸੀ ਜਿਹੜਾ ਗੁਰਦਾਸ ਮਾਨ ਦੀ ਪੀਛਣਾ ਉਹ ਜੋ ਮੋਦੀ ਤੇ ਅਮਿਤ ਸਾਹਿਬ ਹਿੰਦੂ ਰਾਸ਼ਟਰosaur ਨਾ ਚਾਹੁੰਦੇ ਨੇ ਇਹ ਉਹਦੀ ਪੁਸਤਪਨਾਹੀ ਦਾ ਉਹਦੀ ਸੇਵਾ ਕਰ ਰਿਹਾ ਚਾਹੇ ਸਚੇਤ ਰੂਪ ਚ ਚਾਹੇ ਚੇਤ ਰੂਪ ਠੀਕ ਹੈ ਇਹ ਸਾਰੀਆਂ ਗੱਲਾਂ ਮਤਲਬ ਜਾਂਦੀਆਂ ਨੇ ਤੇ ਜਦੋਂ ਤੁਸੀਂ ਇਹ ਲੇਖ ਚ ਲਿਆਂਦੀਆਂ ਪਰ ਉਸ ਤੋਂ ਬਾਅਦ ਗੁਰਦਾਸ ਮਾਨ ਕਾਫੀ دیر ਖਮੋਸ਼ ਰਿਹਾ ਹਾਂਜੀ ਫਿਰ ਕਾਫੀ دیر ਬਾਅਦ ਉਹਨਾਂ ਦਾ ਗਾਣਾ ਆਇਆ ਗੱਲ ਸੁਣੋ ਪੰਜਾਬੀ ਦੀ ਬਿਲਕੁਲ ਹੈਨਾ ਤਾਂ ਉਹਦੇ ਵਿੱਚ ਕਿਹਾ ਕੋਈ ਕੁਝ ਲੈਂਦੇ ਸੋਚ ਵਿਚਾਰ ਬਿਨ ਸਮਝ ਸੋਚੇ ਸਮਝੇ ਕੱਢ ਕੱਢ ਦਿੱਤੀ ਲਫ਼ਜ਼ਾਂ ਦੀ ਤੇਜ਼ ਕਟਾਰ ਮੈਨੂੰ ਚੰਦ ਮਿੰਟਾਂ ਵਿੱਚ ਖੋ ਲਿਆ ਮਾਂ ਬੋਲੀ ਦਾ ਸਤਕਾਰ ਹੈਨਾ ਤਾਂ ਚਲੋ ਜੇ ਉਹਨਾਂ ਤੋਂ ਗਲਤੀ ਹੋ ਵੀ ਗਈ ਸੀ ਤਾ ਇੱਕ ਜਦੋਂ अर्ली 80s ਦੇ ਵਿੱਚ ਸ਼ੁਰੂ ਹੋਏ ਨੇ ਤੇ 2022 23 ਤੱਕ ਫਿਰ ਵੀ ਪੰਜਾਬੀ ਬੋਲੀ ਨੂੰ ਲੈ ਕੇ ਚਲੋ ਉਹਨਾਂ ਨੇ ਉਹ ਮੰਨਦੇ ਨੇ ਕਿ ਸੇਵਾ ਕੀਤੀ ਹੈ ਪੰਜਾਬੀ ਆ ਦੇ ਦੀ ਹੈ ਨਾ ਤਾਂ ਜੇ ਮੰਨ ਲਓ ਇਹ ਗੱਲ ਹੋ ਗਈ ਸੀ ਤਾਂ ਫਿਰ ਇਹਦਾ ਮਤਲਬ ਇਹ ਸੀ ਵੀ ਗੁਰਦਾਸ ਮਾਨ ਨੂੰ ਸੂਲੀ ਚੜਾ ਦਿੱਤਾ ਜਾਵੇ ਨਹੀਂ ਦੇਖੋ ਸੁਲਿਚਡਾਉਣ ਦੀ ਕਿਸੇ ਨੇ ਮੰਗਲ ਕੀਤੀ ਹਰ ਜਿਹੜਾ ਪੰਜਾਬੀ ਪ੍ਰੇਮੀ ਆ ਜਾਂ ਹੋਰ ਆ ਉਹਨੂੰ ਆਪਣਾ ਸਾਤਮੇ ਰੋਸ ਪ੍ਰਗਟ ਕਰਨ ਦਾ ਅਧਿਕਾਰ ਆ ਉਹਨਾਂ ਨੇ ਬਾਹਰ ਖੜ ਕੇ ਰੋਸ ਪ੍ਰਗਟ ਕੀਤਾ ਪੰਜ 700 ਬੰਦੇ ਨੇ ਦੋ ਚਾਰ ਮੁੰਡੇ ਅੰਦਰ ਗਏ ਉਹਨਾਂ ਨੇ ਇੱਕ ਡਿਮੋਨਸਟ੍ਰੇਸ਼ਨ ਕੋਈ ਬੋਲੇ ਨਹੀਂ ਸਲੋਕਨ ਨਹੀਂ ਨਾਅਰੇ ਬਾਜੀ ਨਹੀਂ ਕੀਤੇ ਨਾ ਉਹਨਾਂ ਕੋਈ ਗਾਲ ਕੱਢੀ ਆ ਉਹ ਤੁਸੀਂ ਵੀਡੀਓ ਦੇਖੋ ਤੁਹਾਨੂੰ ਮਿਲ ਜਣੀ ਆ ਇੱਥੇ ਨਿੱਟਦੇ ਅੱਜ ਅਵੇਲੇਬਲ ਆ ਉਹਦੇ ਵਿੱਚ ਚਰਨ ਦੀ ਸੁਜੋ ਨੇ ਖੜ ਕੇ ਉਹ ਪਰਚਾ ਦਿਖਾਇਆ ਕਾਲ ਨੇ ਕੱਢੀ ਉੱਥੇ ਦਾ ਕੋਈ ਸ਼ਲੋਕਰ ਲਿਖਿਆ ਪਿਆ ਸੀ ਉਹਨੂੰ ਸੱਜੇ ਹੀ ਇਗਨੋਰ ਕੀਤਾ ਜਾ ਸਕਦਾ ਸੀ ਪਰ ਜਦੋਂ ਹੁਣ ਇਹ ਜਿਹੜਾ ਗੀਤ ਆ ਗੱਲ ਸੁਣੋ ਪੰਜਾਬੀ ਦੋਸਤੋ ਤੁਸੀਂ ਧਿਆਨ ਨਾ ਦੇਖੋ ਉਹ ਉਹਦਾ ਕੋਈ ਨਰਮ ਨਿਮਰਤਾ ਨਾਲ ਆਪਣਾ ਪੱਖ ਪੇਸ਼ ਕਰਨਾ ਨਹੀਂ ਉਹਦੇ ਵਿੱਚੋਂ ਵੀ ਉਹਦਾ ਹੰਕਾਰ ਬੋਲਦਾ ਜਿਹੜੀ ਉਹਦੀ ਮੂਹਰੇ ਲਿਖਿਆ ਦੋ ਮਿੰਟ ਦੀ ਕਮੈਂਟਰੀ ਉਹ ਚ ਪ੍ਰੋਫੈਸਰ ਜਗਰੂਪ ਦਿਖਾਇਆ ਆਮ ਲੋਕ ਕਰ ਰਹੇ ਨੇ ਵੀ ਇਹ ਜਿਹੜਾ ਸਰੀ ਦੇ ਵਿੱਚ ਜਾਂ ਉੱਥੇ ਦਾ ਹੈਗਾ ਬੈਨਕੂ ਗ੍ਰੇਟ ਵੈਨਕੂਵਰ ਦਾ ਰੈ ਲੇਖ ਵੀ ਗੁਰਵਿੰਦਰ ਧਾਲੀਵਾਲ ਨੂੰ ਨੇ ਪੇਸ਼ ਕੀਤਾ ਹੂੰ ਹੂੰ ਕਿ ਉੱਥੇ ਮੁਖ ਆਰਗੇਨਾਈਜ਼ ਕਰਨ ਵਾਲਾ ਚੋ ਸੀ ਉਹ ਹੁਣ ਪ੍ਰੋਫੈਸਰ ਜਗਰੂਪ ਨੇ ਦਿਖਾਇਆ ਵੀ ਉਹ ਗੱਡੀ ਲੈ ਕੇ ਜਾਂਦਾ ਮੁਰੇ ਮੁਰੇ ਕਾਰ ਲਾ ਦਿੰਦੇ ਨੇ ਮੁੰਡੇ ਤੇ ਉਹਨੂੰ ਬੇਨਤੀ ਕਰਦਾ ਤੇ ਉਹ ਨੂੰ ਗਾਲ ਮਾਂ ਦੀ ਗਾਲ ਫਿਰ ਉਹ ਵੀ ਗਾਲ ਕੱਢਦਾ ਇਹਨੇ ਆਪਣਾ ਡੈਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਗਾਲ ਕੱਢੀ ਤੇ ਫਿਰ ਮੈਂ ਵੀ ਸਟੇਜ ਤੇ ਗਾਲ ਕੱਢੀ ਕਿ ਮਾਮਲਾ ਇਹ ਨਹੀਂਗਾ ਉਹ ਜਦੋਂ ਤੁਸੀਂ ਗੀਤ ਦਾ ਮਤਲਬ ਦੇਖੋਗੇ ਤਾਂ ਨਾਲ ਗੱਲ ਸੁਣੋ ਪੰਜਾਬੀ ਦੋਸਤੋ ਉਹ ਜਾਲੀ ਸਰ ਜਾ ਗਿਆ ਜਿਆ ਇਦਾਂ ਨਹੀਂ ਹੁੰਦਾ ਵੀ ਮੁੰਡਿਆਂ ਗਾਲੀ ਪਾ ਜਾਣ ਪਿਓ ਦੇ ਹਾਂ ਦੇ ਦੇ ਇਹ ਕਹਿ ਕੇ ਪੂਰਾ ਗੱਡੀ ਪਾਸੇ ਕਰ ਲੋ ਨਾ ਕਿਸੇ ਨੂੰ ਗਾਲ ਕੱਢੀ ਆ ਇਹਦਾ ਇਲਜ਼ਾਮ ਨਰਮੂਲ ਆ ਵੀ ਮਾਂ ਦੀ ਗਾਲ ਕੰਢੀ ਆ ਜਾਂ ਹੋਰਾਂ ਮਾਮਾ ਧੀਆਂ ਸਭ ਦੇ ਸਾਂਝੀਆਂ ਉੱਥੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਪੋਲੀਟੀਕਲੀ ਤੌਰ ਤੇ ਡਾਕਟਰ ਭਪਿੰਦਰ ਮੱਲੀ ਵਰਗੇ ਗੁਰਪ੍ਰਿੰਦਰ ਧਾਲੀਵਾਲ ਵਰਗੇ ਡਾਕਟਰ ਇਹ ਗੱਲ ਵਰਗੇ ਬੜੀ ਡਿਫੈਂਸ ਗੱਲ ਤੇ ਲੈ ਰਹੇ ਆ ਡਿਫੈਂਸ ਗਲਤ ਆ ਫਿਰ ਉਹਦੇ ਵਿੱਚ ਕੀ ਆ ਹੁਣ ਜਦੋਂ ਦੇਖੋਗੇ ਉਹ ਆਪਣੇ ਕਲਮ ਛੁੱਟਣ ਜਾਂਦਾ ਹੈ ਉਹ ਬੌਲੀ ਦੇ ਬੱਚਾ ਫਿਰ ਉਹਨੂੰ ਮਾਂ ਕਹਿੰਦੇ ਵੀ ਤੂੰ ਪੁੱਤ ਐ ਨਾ ਕਰ ਉਹਨੂੰ ਕਿਸੇ ਨੇ ਇਹ ਗੱਲ ਨਹੀਂ ਕਹੀ ਉਹਨ ਸਤਕਾਰ ਖੋਣ ਵਾਲੀਆਂ ਜਦੋਂ ਹੁਣ ਕੋਈ ਗੱਲ ਕਰੋਂਗਾ ਤੁਸੀਂ ਜਦੋਂ ਕੋਈ ਵਰਗ ਹੈਗਾ ਉਹ ਕੇਂਦਰੀ ਸੈਥ ਦੇ ਲਗਾਤਾਰ ਮਾਰ ਥੱਲੇ ਆ ਹੂੰ ਪੰਜਾਬ 'ਚ 84 ਵਾਪਰਿਆ ਜੂਨ ਨਵੰਬਰ 83 ਵਾਪਰਿਆ ਤੁਸੀਂ ਦੋਨੇ ਕ ਡਰਾਮਾ ਦੇਖ ਲਓ ਕਿਸੇ ਕਲਾਕਾਰ ਦਾ ਉੱਥੇ ਪੋਜੀਸ਼ਨ ਕੀ ਹੈ ਇਹਦੀ ਉਹਦੇ ਪ੍ਰਪੇਖ ਜਿਹੜਾ ਸਾਰਾ ਦੌਰ ਹੈ ਮਲਕ ਦੌਰs ਵੀ ਦੇਖਾਂਗੇ ਨਾ ਦੌਰ ਦੇ ਵਿੱਚ ਜਿਹੜੀ ਇੱਕ ਸਥਾਪਿਤ ਕਲਾਕਾਰ ਸੀਗੀ ਬਲਕਿਸਮਨ ਤਾਂ ਤੁਸੀਂ ਉਸ ਸਾਰੇ ਦੌਰ ਦੇ ਵਿੱਚ ਜਿਹੜੀ ਕਲਾਕਾਰ ਹੁੰਦਾ ਸੀ ਟ੍ਰਿਵ ਵੀ ਹੁੰਦਾ ਹੈ ਅਦੀਬ ਹੁੰਦਾ ਤਾਂ ਇਹਦੇ ਵਿੱਚ ਇਹਨਾਂ ਦੀ ਜਿਹੜੀ ਪੋਜੀਸ਼ਨ ਹੈ ਇੱਕ ਕਲਾਕਾਰ ਦੇ ਤੌਰ ਤੇ ਕਿਉਂਕਿ ਇਹਨਾਂ ਨੇ ਵੀ ਗੀਤ ਤਾਂ ਗਾਏ ਨੇ ਨਾ ਗਾਏ ਨੇ ਉਹਦੇ ਵਿੱਚ ਇਹ ਗੱਲ ਹੋਈ ਹੈ ਕਿ ਮੌਤ ਮੌਤ ਨਾ ਕਰਿਆ ਕਰਨੀ ਮੌਤ ਨੇ ਕੀਤੇ ਬੜੇ ਨੇ ਹਾਂ ਬਿਲਕੁਲ ਪਹਿਲਾਂ ਮੌਤ ਨੇ ਦਿੱਲੀ ਲੁੱਟੀ ਫੇਰ ਬੜੀ ਪਟਿਆਲੇ ਤਾਂ ਇਹ ਜਿਹੜਾ ਸਾਰਾ ਪੱਖ ਸੀਗਾ ਗੁਰਦਾਸ ਮਾਨ ਦਾ ਉਹ ਗੁਰਦਾਸ ਮਾਨ ਦਾ ਪੱਖ ਉਸ ਦੌਰ ਚ ਤੁਸੀਂ ਕਿਦਾਂ ਦੇਖਦੇ ਹੋ ਕਲਾਕਾਰ ਦੇਖੋ ਜਿਹੜਾ ਜੂਨ 83 ਵਾਪਰਿਆ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਕਿੰਨੇ ਲੋਕ ਮਾਰੇ ਗਏ ਕਿੰਨਾ ਪੰਜਾਬ ਨਾਲ ਧੱਕਾ ਹੋਇਆ ਉਦੋਂ ਉਹ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਸੀ ਖੁਸ਼ਵੰਤ ਸਿੰਘ ਜਿਹੜਾ ਸਭ ਤੋਂ ਵੱਡਾ ਰਾਸ਼ਟਰਵਾਦੀ ਹੈ ਜਿਹੜਾ ਕਿ ਸਾਰਾ ਸਰਕਾਰ ਦੇ ਨਾਲ ਮਿਲ ਕੇ ਚੱਲਿਆ ਉਹ ਰੋਸ ਵਜੋਂ ਦਰਬਾਰ ਸਾਹਿਬ ਤੇ ਹਮਲੇ ਦੇ ਰੋਸ ਵਜੋਂ ਉਹਨੇ ਵੀ ਆਪਣਾ ਪਦਮਸ਼੍ਰੀ ਦਾ ਅਵਾਰਡ ਵਾਪਸ ਕਰਤਾ ਸੀ ਜਿਦਾ ਲਿਖਿਆ ਫੇਰ ਸਾਡੇ ਪ੍ਰੋਫੈਸਰ ਸੌਰੀ ਭਗਤ ਪੂਰਨ ਸਿੰਘ ਨੇ ਵੀ ਵਾਪਸ ਕੀਤਾ ਸਾਧੂ ਸਿੰਘ ਹਮਦਰਦ ਨੇ ਵੀ ਵਾਪਸ ਕੀਤਾ ਕਿੰਨੇ ਜਿਹੜਾ ਮਤਲਬ ਹਰਿੰਦਾ ਸਿੰਘ ਖਾਲਸਾ ਨਾਰਵੇ ਦੇ ਵਿੱਚ ਰਾਜਦੂਤ ਸੀ ਉਹਨੇ ਆਪਣਾ ਸਾਰਾ ਕੁਝ ਕੀਤਾ ਤੇ ਡਾਕਟਰ ਹਰਦੇਵ ਸਿੰਘ ਵਿਰਕ ਜਿਹੜਾ ਕਿ ਫਿਜ਼ਿਕਸ ਦੇ ਬੜੇ-ਬੜੇ ਪ੍ਰੋਫੈਸਰ ਨੇ ਉਹਨਾਂ ਨੇ ਵੀ ਕੋਈ ਸੈਨੇਟ ਵਗੈਰਾ ਤੋਂ ਅਸਤੀਫਾ ਦਿੱਤਾ ਜਿੱਥੇ-ਜਿੱਥੇ ਵੀ ਇਹ ਲੋਕ ਜਾਗਰੂਕ ਬੈਠੇ ਸੀ ਪ੍ਰੋਫੈਸਰ ਹਰਵੰਤ ਸਿੰਘ ਐਨਸਾਈਕਲੋਪੀਡੀਆ ਵਾਲੇ ਉਹ ਲਿਖਦੇ ਨੇ ਵੀ ਮੇਰੀ ਬੇਟੀ ਨੂੰ ਜਾਂ ਬੇਟੇ ਨੂੰ ਸ਼ਾਇਦ ਅਮਰੀਕਾ ਦੀ ਡਿਗਰੀ ਮਿਲਣੀ ਸੀ ਵੀ ਕਾਨਵੋਕੇਸ਼ਨ ਤੇ ਮੈਂ ਗਿਆ ਸੀ ਵੀ ਕਿਸੇ ਨੇ ਜਦੋਂ ਮੈਨੂੰ ਆ ਕੇ ਕਿਹਾ ਵੀ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਕਹਿੰਦਾ ਬੁਰਕੀ ਮੇਰੇ ਮੂੰਹ ਚ ਫੁੱਲ ਲੱਗੇ ਤੇ ਜਦੋਂ ਉੱਥੇ ਅੰਗਰੇਜ਼ ਪ੍ਰੋਫੈਸਰ ਨੂੰ ਪਤਾ ਲੱਗਿਆ ਵੀ ਸਿੱਖਾਂ ਨਾਲ ਕੁਝ ਹੋ ਗਿਆ ਕਹਿੰਦਾ ਸਾਰੇ ਖਾਣਾ ਛੱਡ ਕੇ ਤੁਰ ਗਏ ਮੌਤ ਦਾ ਮਾਤਮ ਸਾਂ ਗਿਆ ਐਡੀ ਵੱਡੀ ਘਟਨਾ ਵਾਪਰੀ ਹੋਵੇ ਫੇਰ ਤੁਸੀਂ ਦੇਖੋ ਨਵੰਬਰ 84 ਨਵੰਬਰ 84 ਸਿੱਖਾਂ ਦੇ ਗਲਾਂ ਤੇ ਤੈਰ ਪਾ ਕੇ ਸੜੇ ਗਏ ਨੇ ਨਿਰਦੋਸ਼ ਸਿੱਖ ਮਾਰੇ ਗਏ ਨੇ ਕਿੰਨਾ ਕਤਲੇਆਮ ਹੋਇਆ ਉੱਥੇ ਕਿਤੇ ਗੁਰਦਾਸ ਮਾਨ ਦਾ ਪ੍ਰਤੀਕਰਮ ਕਿੱਥੇ ਆ ਕੀ ਆ ਇਹ ਜਿਹੜਾ ਕੋਈ ਕੌਮ ਦਾ ਕਲਾਕਾਰ ਆ ਜਾਂ ਕਿਸੇ ਵਰਗ ਦਾ ਕਲਾਕਾਰ ਆ ਜਿਉਂਦੇ ਫੈਨ ਲੱਖਾਂ ਚ ਹੈ ਉਹ ਲੱਖਾਂ ਫੈਨਾਂ ਨੂੰ ਇਹ ਵੀ ਦੇਖਣ ਦੀ ਗੱਲ ਆ ਵੀਰ ਜਦੋਂ ਸਾਡੇ ਤੇ ਭੀੜ ਪਈ ਆ ਤੇਰੇ ਵਰਗ ਤੇ ਭੀੜ ਪਈ ਆ ਉਹਨਾਂ ਦੇ ਦੁੱਖ ਨਾਲ ਤੂੰ ਕਿਉਂ ਨਹੀਂ ਖੜਿਆ ਜੇ ਫਰਾਂਸ ਦੀ ਗੱਲ ਕਰਦਾ ਹੂੰ ਫਰਾਂਸ ਦੀ ਬੋਲੀ ਦੀ ਗੱਲ ਕਰਦਾ ਜੇ ਫਰਾਂਸ ਦੇ ਵਿੱਚ ਸਾਰਤਰ ਦਾ ਨਾਂ ਨੇ ਛੱਰ ਸੁਣਿਆ ਹੋਵੇ ਜਦੋਂ ਉੱਥੇ ਫਰਾਂਸ ਦੇ ਉੱਤੇ ਢੀ ਗੱਲ ਮੁੱਖ ਉੱਥੋਂ ਦਾ ਪ੍ਰਧਾਨ ਮੰਤਰੀ ਸੀ ਜਦੋਂ ਫਰਾਂਸ ਦੇ ਲੋਕਾਂ ਦੇ ਉੱਥੇ ਮਤਲਬ ਮੂਵਮੈਂਟ ਉੱਭਰੀ ਸਟੂਡੈਂਟਸ ਦੀ ਉਹਦੇ ਵਿੱਚ ਉਹਨੇ ਜ਼ਬਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਰੋਸ਼ਟ ਪ੍ਰਗਟ ਕੀਤਾ ਸਾਰਤਰ ਨੇ ਕਲਾਕਾਰ ਜਿਹੜਾ ਹੈਗਾ ਉਹ ਜਦੋਂ ਲੋਕਾਂ ਦੇ ਆਪਣੇ ਵਿਵਤਾ ਪੈਂਦੀ ਉਹ ਤੇ ਨਾਲ ਮੋੜਾ ਖੜਦਾ ਇਹ ਕਦੇ ਇਹ ਬਥ ਹੂੰ ਬਾਕੇ ਚੱਲਿਆ ਪਾਛਾ ਵਟ ਕੇ ਚੱਲਿਆ ਤੇ ਉਦੋਂ ਬੰਬੇ ਭੱਜ ਗਿਆ ਉਹਨੂੰ ਸਾਚੀ ਮੋਕੇ ਹੂੰ ਉੱਥੇ ਜਾ ਕੇ ਸੀਗਰੇਟ ਵੇਰਦੇ ਨੇ ਫਿਲਮਾਂ ਵੀ ਕੀਤੀਆਂ ਕੋਈ ਗੀਤ ਗਾਉਣ ਦੀ ਵੀ ਹਿੰਦੀ ਚ ਕੋਸ਼ਿਸ਼ ਕੀਤੀ ਜੋ ਹਿੰਦੀ ਦੀ ਪ੍ਰਸ਼ਾਦ ਕਰਦਾ ਹਿੰਦੀ ਤੇ ਕਾਮਯਾਬੀ ਨਹੀਂ ਹੋਇਆ ਹਿੰਦੀਆਂ ਨੇ ਪ੍ਰਵਾਹ ਨਹੀਂ ਕੀਤਾ ਹਿੰਦੀ ਤੇ ਨੇ ਕਾਸਟ ਵੀ ਕੱਢੀ ਆ ਸੋ ਇਸ ਕਰਕੇ ਇਹਦਾ ਜਿਹੜਾ ਪਸ਼ੋਕੜ ਆ ਨਾ ਹੂੰ ਇਹ ਪੋਲੀਟਿਕਲੀ ਪਸ਼ੋਕੜ ਜਿਹੜਾ ਹੈਗਾ ਉਹ ਬੇਸਿਕਲੀ 9 ਕਹਿੰਦਾ ਹੂੰ ਪਰ ਮੈਂ ਕਹਿੰਦਾ ਵੀ ਪੰਜਾਬ ਦੇ ਹਿਤੂ ਪਛੋਕੜ ਨੇ ਇਹ ਕੇਂਦਰੀ ਸਿਹਤ ਨੂੰ ਕਦੇ ਇਹਨੇ ਮਾੜਾ ਨਹੀਂ ਕਿਹਾ ਜਿਹੜੀ ਕੇਂਦਰੀ ਸਿਹਤ ਪੰਜਾਬ ਨੂੰ ਅੱਜ ਵੀ ਜੋ ਪੰਜਾਬ ਦੀ ਬਰਬਾਦੀ ਹੋਈ ਅਸੀਂ ਜਾਣਦੇ ਆਂ ਜੋ ਕੇਂਦਰੀ ਸਿਹਤ ਨੂੰ ਜ਼ਿੰਮੇਵਾਰ ਤੇ ਲਗਾਤਾਰ ਸਾਰਾ ਕੁਝ ਪੰਜਾਬ ਨੂੰ ਤਵਾ ਕਰਨ ਤੇ ਤੁਲੀ ਹੋਈ ਹੈ ਇੱਥੇ ਜਿਹੜੀ ਉਹਦੇ ਦਖਲਅੰਦਾਜ਼ੀ ਆ ਪੰਜਾਬ ਨੂੰ ਪ੍ਰੋਫੈਸਰ ਕਿਸ਼ਨ ਸਿੰਘ ਜਿਹੜੇ ਸਭ ਤੋਂ ਵੱਡੇ ਮਾਰਕਸਵਾਦੀ ਆ ਉਹ ਕਹਿੰਦੇ ਹੋ ਜੇ ਤੁਸੀਂ ਪੰਜਾਬ ਦੀ ਸਮੱਸਿਆ ਨੂੰ ਸਮਝਣਾ ਪੰਜਾਬ ਤੇ ਕੇਂਦਰ ਦਾ ਰਿਲੇਸ਼ਨ ਸਮਝਣਾ ਪਊ ਇਹ ਜਿਹੜਾ ਰਿਲੇਸ਼ਨ ਆ ਪੰਜਾਬ ਤੇ ਕੇਂਦਰ ਦਾ ਇਹ ਕਲੋਨੀਅਲ ਰਿਲੇਸ਼ਨ ਆ ਬਸਤੀਬਦੀ ਇਹਦਾ ਕੇਂਦਰ ਹੈ ਉਹ ਪੰਜਾਬ ਨੂੰ ਇੱਕ ਬਸਤੀ ਦੇ ਤੌਰ ਤੇ ਡੀਲ ਕਰਦਾ ਜਿਹੜਾ ਇਹਨੂੰ ਕੇਪੀਐਸ ਗੱਲ ਚ ਵੀ ਜੇ ਗਰਦਾਸ ਮਾਨ ਨੂੰ ਜਵਾਬ ਦੇ ਹੀ ਦੇਣੀ ਪਊ ਜਿਹੜੇ ਤੇ ਫੈਨ ਆ ਪੁੱਛਣ ਵੀ ਯਾਰ ਤੂੰ ਜੂਨ 84 ਮੇਰੇ ਕੀ ਕਿਹਾ ਕਿੱਥੇ ਖੜਾ ਕਿੱਧਰ ਕਿਹੜੀ ਤਰ੍ਹਾਂ ਖੜਾ ਨਵੰਬਰ 83 ਮੇਰੇ ਕਿਹੜੀ ਤਰ੍ਹਾਂ ਖੜਾ ਮੈਂ ਉਹ ਵੀ ਗੱਲ ਕਹਿੰਦਾ ਵੀ ਇੱਥੇ 90 ਕੰ ਤੁਸੀਂ ਗੱਲ ਸਵਾਲ ਕਰ ਰਹੇ ਆ ਇਹਨੂੰ ਸਾਰਾ ਇਸ ਪਰਪੈਕਸ 20 ਦੇਖਣ ਦੀ ਲੋੜ ਆ ਬਹੁਤ ਸਾਰੇ ਲੋਕ ਕੇਪੀਐਸ ਗੱਲ ਨਾਲ ਵੀ ਜੋੜ ਦਿੰਦੇ ਨੇ ਛੋੜ ਦੇ ਜਦੋਂ ਪੰਜਾਬ ਖੂਨ ਦੀ ਪਰਿਸਥਾਤੀ ਵਿੱਚ ਝਲਕ ਰਿਹਾ ਸੀ ਕੇ ਪੀ ਐਸ ਗੱਲ ਪੰਜਾਬ ਦਾ ਪੁਲਿਸ ਦਾ ਮੁਖੀ ਸੀ ਹਜ਼ਾਰਾਂ ਨੌਜਰ ਮਾਰੇ ਗਏ ਨੇ ਜਿਨ੍ਹਾਂ ਤੇ ਮਤਲਬ ਜਿਹੜੀਆਂ ਬਾਹਰ ਲੀਆਂ ਸੀਬੇ ਨੂੰ ਜਾਂਚ ਕਰਕੇ ਵੀ ਸੀਬੇ ਸਰਕਾਰ ਦੀ ਆ ਜਾਂਚ ਕਰਨੀ ਪਈ ਬਸ 4-500 ਪੁਲਿਸ ਵਾਲਿਆਂ ਨੂੰ ਉਹਨਾਂ ਨੇ ਜ਼ਿਆਦਾਤਰ ਜ਼ਿੰਮੇਵਾਰ ਵੀ ਠਹਿਰਾਇਆ ਕੁਸ ਦੇ ਜੇਲਾਂ ਵੀ ਕੱਟਦੇ ਨੇ ਬਿਨ ਨਜਾਇਜ਼ ਮੁੰਡੇ ਮਾਰੇ ਨੇ ਅੱਜ ਵੀ ਜਿਹੜੇ ਘਰਾਂ ਤੋਂ ਚੱਕ-ਚੱਕ ਕੇ ਮਾਰੇ ਨੇ ਮਾਮਾ ਦੇ ਪੁੱਤ ਪਰ ਉਦੋਂ ਜਦੋਂ ਕੀ ਕੀਤਾ ਵੀ ਕੇ ਪੀ ਐਸ ਗੱਲ ਸ਼ਰਾਬ ਦੇ ਨਸ਼ੇ ਦੇ ਵਿੱਚੋਂ ਉਹਨੇ ਚੰਡੀਗੜ੍ਹ ਦੇ ਵਿੱਚ ਮਹਿਫਲੇ ਲਾਉਣੀਆਂ ਸ਼ੁਰੂ ਕੀਤੀਆਂ ਗੀਤ ਸੰਗੀਤ ਨਾਲ ਸ਼ੁਰੂ ਕੀਤੇ ਉੱਥੇ ਉਹਦੇ ਬੰਦੇ ਜਾਂਦੇ ਸੀ ਉਸ ਕਰਦੇ ਤੇ ਉਹਦੀਆਂ ਸਟੇਜਾਂ ਤੇ ਵੀ ਆਪਣਾ ਚਮਟਾ ਬਜਾ ਕੇ ਕੇਪੀਐਸ ਗੱਲ ਦੇ ਨਾਲ ਸਾਨੂੰ ਨਜ਼ਰ ਨੱਚਦਾ ਆਊਗਾ ਅੱਛਾ ਕੱਟੋ ਕੱਟ ਜਿਹੜਾ ਕਲਾਕਾਰ ਆ ਯਾਰ ਉਹ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹਦੇ ਭਾਈਚਾਰੇ ਦੇ ਲੋਕ ਨਿਰਦੋਸ਼ ਨਜਾਇਜ਼ ਮਾਰੇ ਜਾ ਰਹੇ ਨੇ ਉੱਥੇ ਉਹਨੂੰ ਕੋਈ ਰੋਸ ਪ੍ਰਗਟਾ ਕਰਨਾ ਚਾਹੀਦਾ ਤੁਸੀਂ ਸੰਸਾਰ ਪੱਧਰ ਦੇ ਜਿਹੜੇ ਗਾਇਕ ਨੇ ਕਲਾਕਾਰ ਨੇ ਨਾ ਡੂੰਘਾ ਰਿਸ਼ਤਾ ਸੀ ਇਹਦਾ ਮਤਲਬ ਸੀ ਪੀਐਸ ਗਿਲ ਨੇ ਨਹੀਂ ਡੂੰਘਾ ਰਿਸ਼ਤਾ ਭਾਵੇਂ ਨਾ ਆਪਾਂ ਕਹਸਦੇ ਮੈਂ ਨਹੀਂ ਕਹਿੰਦਾ ਫਿਰ ਕੋਈ ਬੜਾ ਡੂੰਘਾ ਰਿਸ਼ਤਾ ਸੀ ਜਿਹਦੇ ਕੋਈ ਪੋਲਿਟੀਕਲ ਸਾਂ ਸੀ ਪਰ ਜੋ ਹੋ ਮੈਂ ਫਲਾ ਸਜਾਉਂਦਾ ਸੀ ਉਹ ਮਹਿਫਲ ਸਜਾਉਣ ਦੇ ਵਿੱਚ ਇਹ ਆਪਣਾ ਪ੍ਰੋਮ ਪੇਸ਼ ਕਰਦਾ ਸੀਗਾ ਕਹਿੰਦਾ ਕਿ ਕਲਾਕਾਰ ਦੇ ਪਰ ਕਲਾਕਾਰ ਕੀ ਆ ਮਤਲਬ ਕਿ ਜਿਹੜੇ ਨਹੀਂ ਹੁੰਦਾ ਕਲਾਕਾਰ ਜਿਹੜਾ ਹੈਗਾ ਜਿਹੜੇ ਦੂਸਰੇ ਕਲਾਕਾਰ ਨੇ ਪੰਜਾਬੀ ਦੇ ਸਮਕਾਲੀ ਨੇ ਇਹਨਾਂ ਦੇ ਹੰਸ ਰਾਜ ਹੰਸ ਨੇ ਜਾਂ ਕੁਲਦੀਪ ਮਾਨਕ ਨੇ ਜਾਂ ਹੋਰ ਜਿਹੜੇ ਕਲਾਕਾਰ ਸੀ ਉਸ ਤਰ੍ਹਾਂ ਤੇ ਉਹਨਾਂ ਨੇ ਕੋਈ ਪੋਜੀਸ਼ਨ ਨਹੀਂ ਲਈ ਦੇਖੋ ਕੁਲਦੀਪ ਮਾਨਕ ਦੀ ਇੱਕ ਕੈਸਟਾਈ ਸੀ ਉਦੋਂ ਮੈਂ ਇਹ ਭੁੱਲਦਾ ਨਹੀਂ ਤਾਂ ਉਹਦਾ ਨਾਂ ਸੀ ਸ਼ਾਇਦ ਪਿੱਛੇ ਰਹਿ ਗਈ ਧੂੜ ਉੜਦੀ ਸਿੰਘ ਸੂਰਮਨਗਰ ਨਹੀਂ ਆਉਂਦੇ ਤੇ ਹੰਸਰਾਜ ਹੰਸ ਦੀ ਤਾਂ ਬਹੁਤ ਹੀ ਜ਼ਿਆਦਾ ਚੱਲੀ ਆ ਪੱਤਾ ਪੱਤਰਾ ਸਿੰਘਾਂ ਦਾ ਬੈਰੀ ਵੱਤ ਬੁਰੇ ਹਾਲਾਤਾਂ ਤੋਂ ਹੂੰ ਇਸੇ ਤਰ੍ਹਾਂ ਹੀ ਕੋਈ ਦਲਸ਼ੈਦ ਅਖਤਰ ਦੀ ਵੀ ਬਬਰਖ ਸੂਰਮੇ ਜਾਂ ਹੋਰ ਇਹ ਜਿਹੀ ਸੀ ਹੂੰ ਇਹਦੀ ਤਾਂ ਹੁਣ ਤੁਹਾਨੂੰ ਪਤਾ ਨਹੀਂ ਕੋਈ ਮੈਂ ਕਿਹਾ ਨਵੰਬਰ 84 ਤੇ ਦੋ ਕੁ ਡਰਾਮਾ ਬੱਟੀਆਂ ਨੇ ਜਿਹੜੀਆਂ ਪੰਜਾਬ ਦੇ ਨਾਲ ਰਿਲੇਟਡ ਨੇ ਖਾਸ ਕਰਕੇ ਸਿੱਖ ਭਾਈਚਾਰੇ ਨਾਲ ਠੀਕ ਹੈ ਸਿੱਖ ਭਾਈਚਾਰੇ ਦੇ ਬੱਟੇ ਲੋਕਾਂ ਦੇ ਫੈਨ ਨੇ ਤੁਸੀਂ ਉਹਨਾਂ ਦੇ ਪਰਪੇਕਸ਼ੀ ਨੂੰ ਦੇਖ ਲਓ ਮੇਰੀ ਪ੍ਰਿਸ਼ਣ ਕੀ ਹੈ ਠੀਕ ਹੈ ਜੇ ਪੰਜਾਬ ਦਾ ਕਲਾਕਾਰ ਆ ਯਾਰ ਉਹ ਲੋਕਾਂ ਨਾਲ ਤਾਂ ਕਿਤੇ ਖੜੇ ਮੈਂ ਪਹਿਲਾਂ ਕਿਹਾ ਸੀ ਨਾ ਮੇ ਕੋਵਾਲ ਨੇ ਲਿਖਿਆ ਸੀ ਰਾਮੂ ਬੜਗੇ ਨੇ ਕਿਤੇ ਮੈਂ ਉਹਨਾਂ ਸ਼ੁਰੀਆਂ ਲਈ ਰੇਤੀ ਹੀ ਨਾ ਬੜ ਜਾਮਾ ਜਿਨ੍ਹਾਂ ਨੇ ਮੇਰੇ ਹੀ ਭਰਾਵਾਂ ਦੀਆਂ ਅੰਦਰਾਂ ਦਾ ਮਾਪ ਕਰਨਾ ਹੈ ਬਿਲਕੁਲ ਠੀਕ ਤਾਂ ਹੁਣ ਤਾਂ ਜਿਹੜਾ ਮਤਲਬ ਕਿ ਸੰਦਰਭ ਹੈਗਾ ਅੱਜ ਆਪਣੀ ਗੱਲ ਕਰਨ ਦਾ ਉਹ ਇਹ ਹੈ ਕਿ ਪਾਕਿਸਤਾਨ ਦੀ ਜਿਹੜੀ ਵਾਰਿਸਾ ਫਾਊਂਡੇਸ਼ਨ ਹੈ ਉਹਦੇ ਵੱਲੋਂ ਇੱਕ ਇਨਾਮ ਦਾ ਐਲਾਨ ਕੀਤਾ ਗਿਆ ਕਿ ਜਿਹੜੇ ਲੋਕਾਂ ਨੇ ਪੰਜਾਬੀ ਜ਼ੁਬਾਨ ਦੇ ਵਿੱਚ ਕੰਟਰੀਬਿਊਟ ਕੀਤਾ ਉਸ ਦੇ ਵਿੱਚ ਤਿੰਨ ਬੰਦਿਆਂ ਦੀ ਚੋਣ ਕੀਤੀ ਗਈ ਉਹ ਬਿਲਕੁਲ ਗੁਰਦਾਸ ਮਾਨ ਸੀਗੇ ਤਾਂ ਫਿਰ ਹੁਣ ਇਹਨਾਂ ਦਾ ਜਿਹੜਾ ਉਹ ਇਨਾਮ ਹੈ ਉਹਨੂੰ ਹੋਲਡ ਤੇ ਕਿਉਂ ਪਾਇਆ ਗਿਆ ਦੇਖੋ ਗੱਲ ਇਹ ਆ ਵੀ ਕਈ ਵਾਰ ਨਾ ਕੀ ਹੁੰਦਾ ਵੀ ਜਦੋਂ ਮੈਂ ਪਹਿਲਾਂ ਦੱਸਿਆ ਵੀ ਇੱਕ ਬੰਦੇ ਅੰਦਰ ਨਿਮਰਤਾ ਜਾਂ ਨਿਰਮਾਣਤਾ ਆਉਂਦੀ ਆ ਕਲਾਕਾਰ ਦੇ ਅੰਦਰ ਇੱਕ ਹੰਕਾਰ ਹੁੰਦਾ ਆ ਜਿਹੜਾ ਗੀਤ ਆ ਗੱਲ ਸੁਣੋ ਪੰਜਾਬੀ ਦੋਸਤੋ ਮੇਰੇ ਖਿਆਲ ਦੋ ਸਾਲ ਸਾਢੇ ਪਹਿਲਾਂ ਆਇਆ ਉਹਦੇ ਵਿੱਚ ਵੀ ਇੱਕ ਹੰਕਾਰ ਬੋਲਦਾ ਜਿਵੇਂ ਉੱਪਰ ਪਹਿਲਾਂ ਪ੍ਰੋਫੈਸਰ ਜਗਰੂਪ ਨੂੰ ਆਪਣੀ ਗੱਲ ਨੂੰ ਜਸਟੀਫਾਈ ਕਰਨ ਦੀ ਹੁਣ ਉਹ ਗੱਲ ਤੇ ਨਿਮਰਤਾ ਦੀ ਨਿਮਣ ਦੀ ਬੀਜ ਆਪਣੀਆਂ ਪੋਜੀਸ਼ਨ ਨੂੰ ਸੁਧਾਰਨ ਦੀ ਗੱਲ ਆ ਜਾਂ ਸਿੱਖਣ ਸਿਖਾਉਣ ਦੀ ਗੱਲ ਆ ਜੱਗ ਤੇ ਡਿਬੇਟ ਚ ਪੈਣ ਦੀ ਗੱਲ ਆ ਹੁਣ ਜਿਹੜੇ ਪੰਜਾਬੀ ਦੇ ਪ੍ਰੇਮੀਆ ਜਾਂ ਕੈਨੇਡਾ ਦੇ ਬੰਦਿਆਂ ਨੇ ਉਹਦਾ ਵਿਰੋਧ ਕੀਤਾ ਸਸਾਵਾ ਅਨੇਕਾ ਦਰਜਣਾਂ ਨੇ ਉੱਤੇ ਜਦੋਂ ਉਹਨਾਂ ਨੇ ਇਹਦਾ ਇਲਾਨ ਕੀਤਾ ਤਾਂ ਉਹਨਾਂ ਨੇ ਆਪਣਾ ਰੋਸ ਦਰਜ ਕਰਾਇਆ ਵੀ ਤੁਸੀਂ ਜਰ ਇੱਥੇ ਪੰਜਾਬੀ ਬੋਲੀ ਲਈ ਜਦੋਂ ਜਹਰ ਕਰ ਰਹੇ ਹਾਂ ਲੈਣਦੇ ਪੰਜਾਬ ਦੇ ਲੋਕਾਂ ਉਹ ਪੰਜਾਬ ਨਾਲ ਉਹ ਵੱਧ ਜਦੋਂ ਜ਼ਾਇਦ ਕਰ ਰਹੇ ਨੇ ਕਿਉਂਕਿ ਉਹਨਾਂ ਕੋਲੇ ਵੀ ਜੇ ਪੰਜਾਬ ਨਾਲ ਤੱਕਾ ਹੋਇਆ ਇੱਥੇ ਇੱਥੇ ਹਿੰਦੀ ਥੋਪਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਉੱਥੇ ਪੰਜਾਬੀ ਪਾਸੇ ਕਰਕੇ ਉਰਦੂ ਬਣਾਤੀ ਜਿਹੜੀ ਕੁਰਦੀ ਹੁੰਦੀ ਹੈ ਹੀ ਨਹੀਂ ਸੀਗੀ ਬਿਲਕੁਲ ਇਧਰੋਂ ਜਿਹੜੇ ਗਏ ਸੀ ਮੁਹਾਜਰ ਉਹਨਾਂ ਦੀ ਉਹ ਬੋਲੀ ਸੀਗੀ ਤੇ ਜਿਹੜਾ ਮਤਲਬ ਉਥੋਂ ਦਾ ਮਤਲਬ ਨੂਰੀ ਕੈਂਬੋ ਕੇ ਉਹ ਢੋਲੇ ਗਾਉਂਦਾ ਸੀ ਵੀ ਕੁੰਜਾਂ ਦੇ ਕੇ ਗਿਰਜਾਂ ਲਈਆਂ ਡਾਡੀ ਕੀਤੀ ਉਹ ਭੁੱਲ ਜਨਾ ਹੁਣ ਉਹਨਾਂ ਗੱਲ ਜਾਂ ਕਹਿੰਦਾ ਸੀ ਜਿਹੜੇ ਮੁਹਾਜਰ ਗਏ ਸੀ ਜੂਪੀ ਦੇ ਮੁਸਲਮਾਨ ਜਿਹੜੇ ਉਰਦੂ ਬੋਲਦੇ ਸੀ ਤੇ ਪੰਜਾਬੀ ਉੱਥੋਂ ਕੱਢਤੇ ਸੀ ਉਹ ਪੰਜਾਬੀ ਨੂੰ ਹਕੀਸਤਾਨ ਦਬਾਉਣ ਦੀ ਖਾਤਰ ਲਗਾਤਾਰ ਸਟੇਟ ਨਾਲ ਵਿਰੋਧ ਕਰਦੇ ਰਹੇ ਸਟੇਟ ਦੇ ਉਹਨਾਂ ਜੇਲਾ ਵੀ ਕੱਟੀਆਂ ਨੇ ਇਸ ਗੱਲ 'ਚ ਹੁਣ ਉਹਨਾਂ ਪੰਜਾਬੀ ਪਿਆਰਾਂ ਬੰਦੋਂ ਜਿਹੜੇ ਪੰਜਾਬੀ ਦੇ ਮਦਈ ਨੇ ਉਹਨਾਂ ਨੂੰ ਪਤਾ ਨਹੀਂ ਸੀ ਮਾਮਲੇ ਦਾ ਤੇ ਜਦੋਂ ਉੱਥੇ ਕੈਨੇਡਾ ਦੇ ਕੁਝ ਬੰਦਿਆਂ ਨੇ ਮੇਰਾ ਆਰਟੀਕਲ ਵੀ ਭੇਜਿਆ ਉਹਨਾਂ ਨੂੰ ਉਹ ਸ਼ਾਮੋਖੀ ਚੋਕੇ ਛਪਿਆ ਜਦੋਂ ਉਹਨਾਂ ਗੱਲਾਂ ਬੱਤਾਂ ਹੁਣ ਆ ਜਾਂਦੇ ਉਹਨਾਂ ਦਾ ਰੋਸ਼ ਦੇਖਿਆ ਉੱਥੇ ਇਹਨਾਂ ਜਿਹੜਾ ਬਾਰਸਾ ਦਾ ਵਿਕਾਰੀ ਫਾਊਂਡੇਸ਼ਨ ਅਵਾਰਡ ਆ ਉਹਨਾਂ ਨੇ ਰੱਦ ਕਰਤਾ ਵੀ ਜਿਹੜਾ ਵਿਵਾਦ ਆ ਜਿੰਨਾ ਤਰੇ ਕਲੀਅਰ ਨਹੀਂ ਹੁੰਦਾ ਅਸੀਂ ਕਹਨੂੰ ਵਿਵਾਦ ਨਾਲ ਜੁੜ ਗਏ ਉਹਨੇ ਆਪਣੇ ਆਪ ਨੂੰ ਵਕ ਕਰ ਲਿਆ ਅੱਛਾ ਉਹਨਾਂ ਨੇ ਹੁਣ ਕੀ ਆਖਿਆ ਉਸ ਉਹਨਾਂ ਦੇ ਨजीरक ਹੂਟ ਦੀ ਆਈ ਆ ਵੀ ਜਿੰਨਾ ਤਰੇ ਮਾਫੀ ਨਹੀਂ ਮੰਗਦਾ ਵੀ ਪੰਜਾਬੀ ਤੇ ਜਿਹੜੀ ਮੇਰੀ ਪੋਜੀਸ਼ਨ ਆ ਇੱਕ ਦੇਸ਼ ਇੱਕ ਭਾਸ਼ਾ ਉਹ ਮੇਰੀ ਪੋਜੀਸ਼ਨ ਗਲਤ ਆ ਜਾਂ ਪੰਜਾਬੀ ਦੇ ਵਿੱਚ ਮਾਸੀ ਕਹਿ ਕੇ ਹਿੰਦੀ ਸੰਕੜ ਨੂੰ ਪੰਜਾਬ ਦੇ ਅੰਦਰ ਦਾਖਲ ਕਰਨਾ ਉਹ ਇਹਦੀ ਗਲਤ ਪੋਜੀਸ਼ਨ ਆ ਉਹਨਾਂ ਤੇ ਰਸੀ ਨੂੰ ਹੋਲਡ ਤੇ ਰੱਖ ਦਿਆ ਜਾਂ ਇਹਨੂੰ ਮਤਲਬ ਪੈਂਡਿੰਗ ਰੱਖਿਆ ਹੋਇਆ ਵੀ ਫਿਰ ਦੇਵਾਂਗੇ ਨਹੀਂ ਅਦਰਵਾਜੋ ਰੱਦ ਸਮਝਿਆ ਜਾਵੇ ਹੂੰ ਉਹਦੋਂ ਹੁਣ ਦੋ ਤਿੰਨ ਜਿਹੜੇ ਸਰੇ ਚੰਗੇ ਧਨਸਵਾਰਾ ਸਹਿਯੋਕਾਰਾ ਹੋ ਰਾ ਉਹਨਾਂ ਨੇ ਵੀਡੀਓ ਬਣਾ ਕੇ ਵੀ ਪਾਈ ਸੋਸ਼ਲ ਮੀਡੀਆ ਤੇ ਤੁਹਾਨੂੰ ਮਿਲ ਜਾਣਗੇ ਇਸ ਵੰਦ ਚ ਸੋ ਇਸ ਕਰਕੇ ਦੁਵਾਰਾ ਜਿਹੜਾ ਗਰਦਾਸ ਮਾਨ ਦਾ ਇੱਕ ਵਿਰੋਧ ਆ ਉਹ ਫਿਰ ਖੜਾ ਹੋ ਗਿਆ ਤੇ ਮੈਨੂੰ ਲੱਗਦਾ ਵੀ ਇਹਦੇ ਨਾਲ ਇਹਨੂੰ ਕਾਫੀ ਸੱਟ ਵੱਜਦੀ ਆ ਫਿਰ ਇਹਨੂੰ ਹੂੰ ਠੀਕ ਹੈ ਆ ਮੇਰਾ ਲਾਸਟਵਾਲ ਹੈ ਹੁਣ ਤੁਹਾਨੂੰ ਮਤਲਬ ਕਿ ਤੁਸੀਂ ਸਾਰੇ ਸਫਰ ਦੀ ਗੱਲ ਕੀਤੀ ਹੈ ਗੁਰਦਾਸ ਮਾਨ ਦੀ ਵੀ ਗੱਲ ਕੀਤੀ ਹੈ ਜ਼ੁਬਾਨ ਦੀ ਵੀ ਗੱਲ ਕੀਤੀ ਹੈ ਪਰ ਇਹਦੇ ਚ ਪੰਜਾਬੀ ਜਨਮਾਨਸ ਜਿਹੜੇ ਸਰੋਤੇ ਨੇ ਜਿਹੜੇ ਜਿਹੜੇ ਫੈਨ ਨੇ ਪੰਜਾਬੀ ਦੇ ਸੁਣਦੇ ਨੇ ਕਲਾਦ ਪ੍ਰੇਮੀ ਨੇ ਆ ਗੀਤ ਪ੍ਰੇਮੀ ਨੇ ਉਹਨਾਂ ਦੇ ਸਵਾਹ ਦੀ ਵੀ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਕਿਉਂਕਿ ਉਹਦੇ ਵਿੱਚ ਇਹ ਹੈ ਵੀ ਜਿਹੜਾ ਗੁਰਦਾਸ ਮਾਨ ਹੈ ਉਹਨੇ ਆਪਣੀ 4 ਦਹਾਕੇ ਦੀ ਗਾਇਕੀ 5 ਦਹਾਕੇ ਦੀ ਗਾਇਕੀ ਦੇ ਵਿੱਚ ਜੋ ਕੀਤਾ ਉਹ ਪੰਜਾਬੀ ਦੇ ਸਿਰ ਤੋਂ ਕਮਾਇਆ ਲੋਕਾਂ ਨੇ ਉਹਨੂੰ ਸਿਰਤੇ ਵੀ ਚੜਾਇਆ ਤੇ ਹੁਣ ਮਤਲਬ ਕਿ ਇੱਕਦਮ ਉਹਨੂੰ ਉਥੇ ਲਾਭ ਹੀ ਦਿੱਤਾ ਤਾਂ ਇਹ ਜਿਹੜਾ ਹੈਗਾ ਵੀ ਮਤਲਬ ਕਿ ਇੱਕ ਰਵਈਆ ਕਿਸੇ ਬੰਦੇ ਨੂੰ ਇੱਕਦਮ ਚੱਕ ਦੇਣਾ ਤੇ ਫਿਰ ਥੱਲੇ ਸੁੱਟ ਦੇਣਾ ਮਤਲਬ ਕਿ ਤੁਸੀਂ ਇਹ ਰਵਈਏ ਨੂੰ ਕਿੱਦਾਂ ਦੇਖਦੇ ਹੋ ਮਤਲਬ ਕਿ ਇੱਕ ਇਹ ਕੱਲੇ ਗੁਰਦਾਸ ਮਾਨ ਦਾ ਮਸਲਾ ਨਹੀਂ ਫਿਰ ਅਸੀਂ ਇੱਕ ਕੰਪਲੀਟਨੈਸ ਹਰ ਗੀਤਕਾਰ ਤੋਂ ਹਰ ਗਾਇਕ ਤੋਂ ਵੀ ਮੰਨਦੇ ਆ ਦੂਜੇ ਪਾਸੇ ਅਸੀਂ ਉਹਨੂੰ ਇੱਕ ਰੱਬ ਵੀ ਬਣਾਉਂਦੇ ਆ ਤਾਂ ਤੁਸੀਂ ਇਹ ਸਮਝਦੇ ਹੋ ਕਿ ਕੋਈ ਪ੍ਰੋਬਲਮ ਹੈਗੀ ਇਹ ਸਮਝਣ ਸਮਝਾਉਣ ਚ ਦੇਖੋ ਥੋਂ ਤੱਕ ਇਹ ਨੂੰ ਮਤਲਬ ਚੱਕਣ ਦੀ ਗੱਲ ਆ ਹਮ ਜਿਹੜਾ ਲੋਕ ਮਾਨਸਕ ਹੁੰਦੀ ਹੈ ਨਾ ਲੋਕ ਮਾਨਸਕ ਦਾ ਜਿੰਨਾ ਅੰਦਰ ਸਭਿਆਚਾਰ ਦੀ ਭੁੱਖ ਪਈ ਜਾਂ ਹੋਰ ਆ ਇਹ ਉਹਨਾਂ ਦੀ ਮਨਸਤ ਦਾ ਬਰਤਾਰਾ ਬੜਾ ਗੁੰਝਲਦਾਰ ਆ ਹੂੰ ਕਈ ਗੀਤ ਜਿਹੜੇ ਤੁਹਾਨੂੰ ਕੋਈ ਇੰਟੈਲੈਕਚੁਅਲ ਲੋਕਾਂ ਨੂੰ ਚੰਗੇ ਨਹੀਂ ਲੱਗਦੇ ਉਹ ਆਮ ਲੋਕਾਂ ਨੂੰ ਚੰਗੇ ਲੱਗਦੇ ਕੰਜਾਂ ਦਾ ਟੇਸਟ ਜਗਜੀਤ ਸਿੰਘ ਦਾ ਕੰਜਾਂ ਦਾ ਮਹੰਦੀ ਹਸਣਾ ਕੰਜਾਂ ਦਾ ਗੁਲਾਮ ਅਲੀ ਆ ਉਹ ਜਿਹੜਾ ਥੋੜਾ ਅਸਥੈਟਿਕ ਸੈਂਸ ਆ ਉਹ ਰਿਫੈਨ ਹੋ ਕੇ ਹਾਇਰ ਲੈਵਲ ਤੇ ਪਹੁੰਚਦਾ ਕੰਜਾਂ ਦਾ ਹੇਟਲੇ ਲੈਵਲ ਤੇ ਖੜਾ ਹੁੰਦਾ ਉਹ ਜਿਹੜਾ ਹੇਟਲੇ ਲੈਵਲ ਤੇ ਵੱਡੀ ਗਿਣਤੀ ਉਹ ਹੇਟਲੇ ਲੈਵਲ ਤੇ ਚੱਕ ਲੋ ਧਰ ਲੋ ਵਾਲੇ ਜਿਹਾ ਇਸ ਤਰ੍ਹਾਂ ਗੀਤ ਮੰਨਣ ਵਾਲਿਆ ਪਰ ਗਹਿਗਾ ਇੱਕ ਉਦਨ ਨੂੰ ਰੱਬ ਬਣਾਇਆ ਪਰ ਜਿਹੜੀ ਇਹਦੀ ਡਾਊਨਫਾਲ ਦੀ ਗੱਲ ਆ ਉਹ ਕਿਸੇ ਗੀਤ ਕਰਕੇ ਨਹੀਂ ਜਾਂ ਗਾਇਕੀ ਕਰਕੇ ਨਹੀਂ ਉਹਦੇ ਰਾਹੀਂ ਆਈਆ ਉਹ ਇੱਕ ਸਿਧਾਂਤਕ ਇਸ਼ੂ ਤੇ ਪੋਲੀਟਿਕਲ ਇਸ਼ੂ ਤੇ ਇਹਦਾ ਸਾਰਾ ਕੁਝ ਹੋਇਆ ਬਰੋਦਰ ਹੂੰ ਉਹ ਪੋਲੀਟਿਕਲ ਇਸ਼ੂ ਤੇ ਹੋਇਆ ਦੂਸਰੇ ਦਿਨ ਤੱਕ ਨੂੰ ਲੱਗਦਾ ਕਿ ਮਤਲਬ ਕਿ ਇਹ ਜਿਹੜਾ ਸਾਰਾ ਪੱਖ ਹੈ ਵੀ ਮਤਲਬ ਕਿ ਜਿਵੇਂ ਉਹ ਹੁੰਦਾ ਵੀ ਤੁਸੀਂ ਹੁਣ ਮਿੱਟੀ ਨੂੰ ਸੋਨਾ ਸਮਝ ਹੀ ਗਏ ਈਨ੍ਹੇ ਸਾਲ ਫਿਰ ਤੁਹਾਨੂੰ ਅਖੀਰ ਤੇ ਜਾ ਕੇ ਪਤਾ ਲੱਗਿਆ ਵੀ ਇਹ ਤਾਂ ਮਿੱਟੀ ਸੀ ਦੇਖੋ ਜ਼ਰੂਰੀ ਨਹੀਂ ਹੁੰਦਾ ਵੀ ਗੁਰਬਾਣੀ ਚਾਹੁੰਦਾ ਉਗਰ ਗਾਜਬ ਖੋਟਾ ਡਬੂਗਾ ਨਜ਼ਰ ਸਰਾਫਾਂ ਆਇਆ ਵਕਤ ਲੱਗ ਜਾਂਦਾ ਹੂੰ ਕਿਉਂਕਿ ਹੁਣ ਤੁਸੀਂ ਕਿ ਮਲੰਮਾ ਚੜ੍ਹ ਕੇ ਪੰਜਾਬ ਨਾਲ ਲਗਾਤਾਰ ਪੰਜਾਬ ਦੇ ਜਣੇ ਕਿ ਇੱਕ ਜੋ ਮਸਲੇ ਤੇ ਮੁੱਦੇ ਸੀ ਪੰਜਾਬ ਦੇ ਜੋ ਪੰਜਾਬ ਦੀ ਹੋਣੀ ਦਾ ਵਰਤ ਪਰਤਾਵਾ ਹੋਇਆ ਪੰਜਾਬ ਦੀ ਆਪ ਪਹਿਲਾਂ ਗੱਲ ਕਰਕੇ ਇੱਥੇ ਲਹੂ ਡੁੱਲਿਆ ਜਦੋਂ ਤੁਸੀਂ ਬਿੱਥੇ ਖੜ ਕੇ ਇੱਕ ਨੱਚਣ ਗਾਉਣ ਦਾ ਕੰਮ ਕਰਦੇ ਪੰਜਾਬ ਤਾਂ ਇਹੀ ਖੁਸ਼ ਆ ਫਿਰ ਲੋਕਾਂ ਦੇ ਵਿੱਚ ਇੱਕ ਰੋਸ ਵੀ ਪੈਦਾ ਹੁੰਦਾ ਉਹ ਗੱਲਾਂ ਜਾਗ ਹੁੰਦੀਆਂ ਕਿ ਮੈਮਰੀ ਚ ਪੰਜਾਂ ਹੁੰਦੀਆਂ ਚੇਅਰ ਚ ਪੰਜਾਂ ਹੁੰਦੀਆਂ ਵੀ ਸਾਡੀ ਪੀੜਾ ਨਾਲ ਤਾਂ ਕਦੇ ਬੰਦਾ ਖੜਾ ਹੀ ਨਹੀਂ ਐ ਹਮ ਇਹਦਾ ਕੋ ਗੁਰੂਵਨ ਕੇ ਸਟੇਜ ਤੇ ਨੱਚਦਾ ਰਿਹਾ ਠੀਕ ਹੈ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਰੋਮ ਜਲ ਰਿਹਾ ਸੀ ਤੇ ਨੀਰੋ ਵੰਸਰੀ ਬਾਜ਼ਾਰ ਰਿਹਾ ਸੀ ਹਮ ਦੂਸਰੀ ਗੱਲ ਜਿਹੜੀ ਇਹਦੀ ਹੈਗੀ ਆ ਨਾ ਜਦੋਂ ਕੋ ਬੰਦਾ ਰੂਲ ਮਾਡਲ ਬਣ ਜਾਂਦਾ ਜਾਂ ਸੈਲੀਬ੍ਰਿਟੀ ਬਣ ਜਾਂਦਾ ਉਹ ਥੋੜਾ ਨੁਕਸਾਨ ਬਹੁਤ ਕਰਦਾ ਹੁਣ ਜਿਹੜਾ ਪੰਜਾਬ ਦੇ ਵਿੱਚ ਚਿੱਟੇ ਦਾ ਪ੍ਰਕੋਪ ਆ ਹਮ ਮੈਂ ਕਹਾਂਗਾ ਜ਼ਿੰਮੇਵਾਰ ਦਾ ਗੁਰਦਾਸ ਮਨ ਵੀ ਆ ਕੋਈ ਜਦੋਂ ਇਹ ਨਕੋਦਰ ਜਾਂਦਾ ਉਹਨੂੰ ਸੂਫੀਤ ਦਾ ਨਾਂ ਲੰਦਾ ਜਿਹੜੇ ਮੇਰੇ ਇੱਥੇ ਜਿਹੜੇ ਮੁਸਲਮਾਨ ਧਾਰਮਿਕ ਚਿੰਤਕ ਆ ਉਹ ਕਹਿੰਦੇ ਜੋ ਨਕੋਦਰ ਵਾਲਾ ਡੇਰਾ ਉਹ ਸੂਫੀ ਤਾਰਾ ਦੀ ਪ੍ਰਤੀਨਿਧਤਾ ਨਹੀਂ ਕਰਦਾ ਨਹੀਂ ਪਰ ਗੁਰਦਾਸ ਨਹੀਂ ਮਤਲਬ ਕਿ ਇਹ ਆਪਾਂ ਸਾਰੇ ਇਲਜ਼ਾਮ ਉਹਨਾਂ ਤੇ ਪਾਈ ਜਾਂਦੇ ਨੇ ਪਰ ਇਹਦੇ ਵਿੱਚ ਗੁਰਦਾਸ ਮਾਨ ਨੇ ਕਿਹਾ ਨਾ ਉੱਥੇ ਜਿਹੜਾ ਸਲਫਾ ਸਲਫਾ ਤਾਂ ਸਰਟਾ ਚੱਲਦੀਆਂ ਜਿੱਥੇ ਤੱਕ ਇਹ ਕੰਮ ਹੈ ਤੇ ਉਹਦਾ ਜਿਹੜਾ ਸੁਧਾਰ ਨਾ ਖਾਸ ਕਰਕੇ ਮੇਰਾ ਮੇਰਾ ਪੁਆਇੰਟ ਇਹ ਹੈ ਕਿ ਉਹਨਾਂ ਨੇ ਕਿਹਾ ਨਾ ਵੀ ਮਤਲਬ ਕਿ ਅੰਬਰਵੈਲ ਨਹੀਂ ਸੁੱਟੀ ਦੀ ਫਲੇਹਾਰੇ ਬੂਟੇ ਤੇ ਪੁੱਤ ਕਿਸੇ ਦਾ ਲਾਈਏ ਨਾ ਕਦੇ ਸਲਫੇ ਸੁੱਟੇ ਸਲਫੇ ਸੁੱਟੇ ਤੇ ਇਹ ਪਰ ਪਰ ਉੱਥੇ ਜਦੋਂ ਤੁਸੀਂ ਆਪ ਜਾਣਿਓ ਹਾਂ ਤੇ ਲੱਖਾਂ ਲੋਕ ਇਕੱਠੇ ਹੁੰਦੇ ਸੁਣਨ ਦੇ ਖਾਤਰ ਹੂੰ ਉਹਦਾ ਕਰਕੇ ਨਹੀਂ ਹੂੰ ਅਗਲਾ ਕ ਗਰਦਾਸ ਮਨਾ ਸੈਲੀਬ੍ਰਿਟੀ ਹੋਣਾ ਉੱਥੇ ਤਾਂ ਖੜਾ ਲੱਗਣਾ ਹੂੰ ਜਦੋਂ ਹੁਣ ਇੱਕ ਬੰਦਾ ਤੇ ਆਪੇ ਇੱਕ ਵੰ ਸੁਣੋ ਲਿਖ ਕੇ ਹਾਂ ਜਿਹੜਾ ਲਿਖ ਕੇ ਉਹਦਾ ਵਿਰੋਧ ਕਰ ਰਿਹਾ ਹੈ ਨਾ ਹੂੰ ਇਹ ਵੀ ਇਵੇਂ ਹੀ ਦਾ ਉਹਦੀ ਸ਼ਖਸੀਅਤ ਦਾ ਜਿਹੜਾ ਕਹਿਣੀ ਕਰਨੇ ਦਾ ਫਰਕ ਹੈ ਨਾ ਹੂੰ ਜਦੋਂ ਹੁਣ ਇੱਕ ਸਲਫਾਈ ਬੰਦਾ ਦਾ ਹੋ ਸਕਦਾ ਪੀਰ ਮਰਸ਼ਦ ਹੋਵੇ ਇਹ ਨਹੀਂ ਗੱਲ ਛੋਟੇ ਸਾਹਮਣੇ ਟੀਵੀ ਚੈਨਲਾਂ ਤੇ ਜਾਂ ਹੋਰ ਆ ਵੀਡੀਓ ਦੇ ਵਿੱਚ ਉਹ ਆਪਣਾ ਸਗਲਟਾ ਪੀ ਰਿਹਾ ਹੂੰ ਉਹ ਬਦ ਸਲਫਰੇ ਛੂਟੇ ਲਾ ਰਿਹਾ ਹੋ ਚਲ ਮਦੇ ਹੂੰ ਤੇ ਜੇ ਕੋਈ ਸੈਲੀਬ੍ਰਿਟੀ ਜਾ ਕੇ ਉਹਦੇ ਪੈਰਾਂ 'ਚ ਡਿੱਗਦਾ ਠੀਕ ਹੈ ਤਾਂ ਜਿਹੜਾ ਆਮ ਜਨ ਮਾਨਸਾ ਸਧਾਰਨ ਮੈਂ ਦੇਖਿਆ ਪੰਜਾਬ ਦਾ ਖਾਸ ਕਰਕੇ ਦਲਿਤ ਵਰਗ ਦੇ ਮੁੰਡੇ ਨੌਜਾਨਾ ਉਹਨਾਂ ਨੂੰ ਲੱਗਦਾ ਵੀ ਯਾਰੇ ਪਹੁੰਚੀ ਹੁਛਾਇਆ ਜੇ ਗੁਰਦਾਸ ਮਾਨ ਦੇ ਪੈਰਾਂ 'ਚ ਡਿੱਗਦਾ ਤਾਂ ਸਾਨੂੰ ਇਥੋਂ ਖੁਸ਼ਾਸ ਲਊਗਾ ਉਹ ਹਾਸਲ ਕਰਨ ਦੀ ਖਤਰ ਜਾਂਦੇ ਆ ਉਹਦੇ ਜਿਹੜੀ ਪਪੂਲੈਰਿਟੀ ਚ ਵਧਦਾ ਤਾਂ ਬੰਦਾ ਕਰਦਾ ਨਾ ਉਹਦੀ ਪਪੂਲੈਰਟੀ ਉਹਨੂੰ ਵਧਾ ਜਿੱਥੇ ਸੁਧਾਰਨ ਜਾ ਕੇ ਲੱਖਾਂ ਦੀ ਗਣਤੀ ਸ ਪਰ ਮੱਥਾ ਟੇਕਣ ਲੱਗ ਜਾਂਦੇ ਆ ਉਹ ਇੱਕ ਸਥਾਪਿਤ ਹੋ ਜਾਂਦਾ ਮੱਠ ਉਹ ਜਗਾ ਸਥਾਪਿਤ ਹੁੰਦੀ ਆ ਉਹਨੂੰ ਸਥਾਪਿਤ ਕਰਨ ਦੇ ਵਿੱਚ ਉਹ ਸੈਲਟਾ ਸਲਫੇ ਦਾ ਇੱਕ ਜਿਹੜਾ ਉੱਥੇ ਜੂਥ ਆ ਉਜੋ ਨਰਾਸ਼ ਹੁੰਦਾ ਜਦ ਇਥੋਂ ਮਨ ਕੋ ਹਾਸਲ ਨਹੀਂ ਹੋਇਆ ਉਹ ਹੋਰ ਨਰਾਸ਼ਾ ਦੀ ਸੁਨਫੇ ਸੂਟੇ ਤੋਂ ਫਿਰ ਚਿੱਟੇ ਵੱਲ ਵੀ ਜਾਉਣਾ ਠੀਕ ਹੈ ਉਹ ਤੁਹਾਨੂੰ ਉਹਨੂੰ ਹਾਸਲ ਨਹੀਂ ਨਾ ਹੋਣਾ ਇਹ ਸਾਰਾ ਇੱਕ ਸੈਲੀਬ੍ਰਿਟੀ ਕਿਵੇਂ ਸੂਖਮ ਤੌਰ ਤੇ ਕਿਸੇ ਵਰਗ ਦਾ ਨੁਕਸਾਨ ਕਰਦਾ ਉਹਦਾ ਇੱਕ ਇੱਕ ਕਦਮ ਚੁੱਕਿਆ ਹੋਇਆ ਠੀਕ ਹੈ ਉਹ ਸਾਰਾ ਕੁਝ ਜੇ ਲਤਾ ਮਗੇਸ਼ਕਰ ਦਾ ਹੋਰ ਬੰਦੇ ਨੇ ਜਾਂ ਕਿਸੇ ਮੰਦਰਾ ਜਾਣ ਕੇ ਤਾਂ ਸਧਾਰਨ ਬੰਦਾ ਜਿਵੇਂ ਤੁਸੀਂ ਹਿੰਦੀ ਫਿਲਮਾਂ 'ਚ ਦੇਖੋ ਹਿੰਦੀ ਫਿਲਮਾਂ ਨੇ ਹਿੰਦੂਵਾਦ ਦੀ ਰਾਸ਼ਟਰੀ ਸਾਰੀਕਰ ਤੇ ਰੋਲ ਪਾਇਆ ਵੀ ਅੰਦਰ ਬਸੋਆਸ ਨੂੰ ਬੁੱਕ ਬੜਾ ਬਾਇਤਾ ਵੀ ਜੋ ਨੈਕ ਆ ਨੈਕਾ ਕੀ ਉਹ ਮੰਦਿਰ ਤੇ ਜਾਂਦੇ ਆ ਮੰਦਿਰ ਦੇ ਵਿੱਚ ਉਹ ਮਾਤਾ ਦਾ ਕੋਈ ਚੀਨ ਨਹੀਂ ਰੱਖੀ ਕਰਦੀ ਆ ਜੀ ਜਾਂ ਕੋਈ ਨੈਕਾ ਉਹ ਹੀ ਹੀਰੋਇਨ ਨੂੰ ਫੜਦਾ ਰੇਪ ਕਰਨਾ ਚਾਹੁੰਦਾ ਉਹ ਜੋ ਜਾਂਦਾ ਤਾਂ ਉਹ ਜਾ ਕੇ ਮੰਦਿਰ ਜਾਂਦੀ ਆ ਤਾਂ ਉੱਥੇ ਤਸੂਲ ਆਟੋਮੈਟਿਕ ਉਹਦੇ ਘਟੇ ਚ ਵੱਜ ਜਾਂਦਾ ਹੂੰ ਉਹਨੇ ਕਰੋੜਾਂ ਲੋਕਾਂ ਨੂੰ ਮੰਦਿਰਾਂ ਦੇ ਭਗਤ ਬਣਾਤਾ ਨਾ ਠੀਕ ਉਹ ਅਚੇਤ ਤੌਰ ਤੇ ਤੁਹਾਡੀ ਕਲਾ ਕਿਸੇ ਵਰਗ ਦਾ ਨੁਕਸਾਨ ਕਿਵੇਂ ਕਰਦੀ ਆ ਉਹਨੂੰ ਉਸ ਫੇਸ ਤੁਸੀਂ ਗੁਰਦਾਸ ਮਾਨ ਦਾ ਨਕੋਦਰ ਦੀ ਸਟੇਟ ਤੇ ਜਾ ਕੇ ਨੱਚਣਾ ਇਹ ਵੀ ਦੇਖੋ ਵੀ ਪੰਜਾਬ ਦੇ ਆਮ ਲੋਕਾਂ ਦਾ ਗਰੀਬ ਵਰਗ ਦਾ ਇਹਨੇ ਜਿਹੜੇ ਉੱਥੋਂ ਮੰਤਕ ਕਹਿੰਦੇ ਵੀ ਉੱਥੋਂ ਮਿਲਦੀਆਂ ਉਹ ਮੰਤਕ ਭਾਲਦੇ ਫਿਰਦੇ ਵਿਚਾਰੇ ਜਿੰਦਗੀ ਚੋਂ ਦਾ ਨੁਕਸਾਨ ਕਰ ਰਿਹਾ ਨੁਕਸਾਨ ਕਿੱਡਾ ਕੀਤਾ ਪੰਜਾਬ ਦਾ ਇਹਨੂੰ ਵੀ ਦੁਬਾਰਾ ਐਨਲਸਿਸ ਕਰਨ ਦੀ ਲੋੜ ਆ ਕਿਸੇ ਗੰਭੀਰ ਚਰਚਾ ਚ ਲਾਉਣ ਦੀ ਲੋੜ ਆ ਆ ਗੱਲਾਂ ਦੇ ਦੇਖਣ ਦੇ ਲੋੜਾ ਜੀ ਧੰਨਵਾਦ ਬਹੁਤ ਬਹੁਤ ਐਸਨ ਰਾਜਵਿੰਦਰ ਸਿੰਘ ਰਾਹੀ ਜਿਨ੍ਹਾਂ ਨੇ ਗੁਰਦਾਸ ਮਾਨ ਦੇ ਬਾਬਤ ਜੋ ਪੰਜਾਬੀ ਬੋਲੀ ਦੇ ਕੰਟੈਕਸਟ ਜਿਹੜਾ ਮੋਰਚਾ ਦਾ ਮੁੱਢ ਕਿਵੇਂ ਬੱਜਿਆ ਕੈਨੇਡਾ ਤੋਂ ਉਸ ਤੇ ਬਾਬਤ ਸਾਰੀ ਗੱਲਬਾਤ ਸਾਡੇ ਸਾਹਮਣੇ ਰੱਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਰਾ ਦੱਸਿਆ ਕਿ ਘਟਨਾਕ੍ਰਮ ਤੇ ਜਿਹੜੀ ਉਹਨਾਂ ਦੀ ਪੋਲਿਟੀਕਲ ਇਨਕਰੈਕਟਨੈਸ ਹੈ ਜੋ ਪੰਜਾਬੀ ਨੂੰ ਲੈ ਕੇ ਉਹਨਾਂ ਦੀ ਪਹੁੰਚ ਹੈ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਨਕੂਦਰ ਦੇ ਵਿੱਚ ਜਾਣਾ ਉਸ ਢੰਗ ਦੇ ਨਾਲ ਇੱਕ ਗਲਤ ਵਿਦਾ ਨੂੰ ਇੱਕ ਨਸ਼ੇ ਨੂੰ ਪ੍ਰੋਮੋਟ ਕਰਨਾ ਇਹਨਾਂ ਦੇ ਜਾਚੇ ਇਹ ਹੈਗਾ ਤੋਂ ਇਹ ਸਾਰੇ ਸਵਾਲ ਨੇ ਜਿਹੜੇ ਕਿ ਪੰਜਾਬੀ ਸੱਭਿਆਚਾਰਕ ਪੇੜ ਦੇ ਵਿੱਚ ਪੁੱਛੇ ਜਾਣੇ ਚਾਹੀਦੇ ਨੇ ਹਰ ਕਿਸਮ ਦੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਪਰ ਗੁਰਦਾਸ ਮਾਨ ਦੇ ਵਿਵਾਦ ਨੇ ਸਾਡੇ ਸਾਹਮਣੇ ਵੀ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਕਿ ਅਸੀਂ ਕਿਸ ਕਿਸਮ ਦੇ ਲੋਕਾਂ ਨੂੰ ਆਪਣੇ ਨਾਇਕ ਮੰਨਣਾ ਉਹਨਾਂ ਦੀ ਹਰ ਚੰਗੀ ਮਾੜੀ ਜਿਹੜੀ ਗੱਲ ਆ ਉਸ ਨੂੰ ਅਸੀਂ ਕਿੱਦਾਂ ਵਿਸ਼ਲੇਸ਼ਣ ਕਰਨਾ ਉਹਦੀ ਇਰਫੜ ਕਿਵੇਂ ਕਰਨੀ ਹੈ ਇਹ ਪੰਜਾਬੀ ਸਰੋਤੇ ਪੰਜਾਬੀ ਜਨਮਾਨਸ ਦੇ ਸਾਹਮਣੇ ਵੀ ਖੁੱਲੇ ਸਵਾਲ ਨੇ ਤੋਂ ਉਮੀਦ ਕੀਤੀ ਜਾਣੀ ਚਾਹੀਦੀ ਕਿ ਗੁਰਦਾਸ ਮਾਨ ਦਾ ਜਿਹੜਾ ਸਾਰਾ ਵਿਵਾਦ ਹੈ ਪੰਜਾਬੀ ਭਾਸ਼ਾ ਨੂੰ ਲੈ ਕੇ ਇਸ 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 ਵਿਵਾਦ ਚ ਪੰਜਾਬੀ ਸੱਭਿਆਚਾਰਕ ਪੜ ਦੇ ਵਿੱਚ ਜਿਹੜਾ ਹੈਗਾ ਇੱਕ ਸਿਆਣਪ ਇੱਕ ਜਨਮਾਨਸ ਇਸ ਤੋਂ ਸਿੱਖੇਗਾ ਤੇ ਇਸ ਕਿਸਮ ਦੇ ਜਿਹੜੀਆਂ ਹੋਰ ਰੁਝਾਨ ਨੇ ਮਾੜੇ ਉਹਨਾਂ ਰੁਝਾਨਾਂ ਨੂੰ ਇਸੇ ਤਰ੍ਹਾਂ ਨਾਥ ਜਿਹੜੀ ਆ ਪੈਂਦੀ ਰਹੂਗੀ ਧੰਨਵਾਦ